ਸਟਾਰ ਪੰਜਾਬ ਵਿੱਚ ਪਿਛਲੇ ਦਿਨੀ ਸਪੈਸ਼ਲ ਟਾਸਕ ਫੋਰਸ ਐਸਟੀਐਫ ਵੱਲੋਂ ਕੀਤੀ ਗਈ ਇੱਕ ਵੱਡੀ ਕਾਰਵਾਈ ਦੌਰਾਨ ਕਮਾਂਤਰੀ ਪੱਧਰ ਤੇ ਸਰਗਰਮ ਇੱਕ ਵੱਡੇ ਨਸ਼ਾ ਤਸ਼ਕਰੀ ਰੈਕੇਟ ਦਾ ਭਾਂਡਾ ਭੰਨੇ ਜਾਣ ਨਾਲ ਸੂਬੇ ਦਾ ਹਿੱਤ ਚਾਉਣ ਵਾਲੇ ਲੋਕਾਂ ਲਈ ਚਿੰਤਾ ਦੀ ਇੱਕ ਨਵੀਂ ਤਸਵੀਰ ਸਾਹਮਣੇ ਆਈ ਹੈ ਡੰਡੀ ਇਸ ਵੱਡੀ ਚਿੰਤਾ ਦਾ ਇੱਕ ਕਾਰਨ ਇਹ ਵੀ ਹੈ ਕਿ ਇਸ ਨਸ਼ਾ ਸਮਗਲਿੰਗ ਰਕੇਟ ਵਿੱਚ ਪੁਲਿਸ ਦਾ ਵੀ ਸ਼ਾਮਲ ਹੋਣਾ ਪਾਇਆ ਗਿਆ ਹੈ ਡੰਡੀ ਇਸ ਤੋਂ ਵੀ ਵੱਡੀ ਚਿੰਤਾ ਦੀ ਗੱਲ ਹੈ ਇਹ ਦੇਖੀ ਗਈ ਹੈ ਕਿ ਨਸ਼ਾ ਸਮਗਲਿੰਗ ਨੇ ਖੇਡ ਜਗਤ ਵਿੱਚ ਬੜੀ ਡੁੰਗਾਈ ਤੱਕ ਕੁਸ ਪੈਠੇ ਕਰ ਲਈ ਹੈ ਜਦ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਸੂਬਾ ਸਰਕਾਰ ਵੱਲੋਂ ਹਰ ਸਾਲ ਖੇਡ ਜਗਤ ਲਈ ਕਰੋੜਾਂ ਰੁਪਏ ਖਰਚੇ ਕੀਤੇ ਜਾਂਦੇ ਹਨ ਡੰਡੀ ਇਸ ਗੱਲ ਦਾ ਸੰਕੇਤ ਇਸ ਗੱਲ ਤੋਂ ਸਾਫ਼ ਮਿਲ ਜਾਂਦਾ ਹੈ ਕਿ एसटीएफडी ਤਾਜ਼ਾ ਕਾਰਵਾਈ ਵਿੱਚ ਸਾਹਮਣੇ ਆਏ ਰਕੇਟ ਵਿੱਚ ਸ਼ਾਮਲ ਪਾਏ ਗਏ ਲੋਕਾਂ ਵਿੱਚ ਪੁਲਿਸ ਦੇ ਇੱਕ ਅਧਿਕਾਰੀ ਅਤੇ ਕੁਝ ਮੁਲਾਜ਼ਮ ਤਾਂ ਸ਼ਾਮਲ ਪਾਏ ਗਏ ਹਨ ਡੰਡੀ ਇਸ ਰਕੇਟ ਦਾ ਸਰਗਣਾ ਕਬੱਡੀ ਦਾ ਇੱਕ ਨਾਮੀ ਅਤੇ ਦੇਸ਼ ਵਿਦੇਸ਼ ਵਿੱਚ ਚਰਚਿਤ ਖਿਡਾਰੀ ਪਾਇਆ ਗਿਆ ਹੈ ਡੰਡੀ ਇਸ 그룹 ਵਿੱਚ ਸ਼ਾਮਲ ਪਾਏ ਗਏ ਪੁਲਿਸ ਅਧਿਕਾਰੀਆਂ ਵਿੱਚ ਡੀਐਸਪੀ ਪੱਧਰ ਦਾ ਇੱਕ ਅਧਿਕਾਰੀ 2-3 ਥਾਣੇਦਾਰ ਅਤੇ ਪੁਲਿਸ ਦੇ ਕੁਝ ਸਧਾਰਨ ਪੁਲਿਸ ਮੁਲਾਜ਼ਮ ਸ਼ਾਮਲ ਹਨ ਡੰਡੀ ਪਰਾਂ ਨਸ਼ੇ ਅਤੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਨੂੰ ਲੈ ਕੇ ਪੰਜਾਬ ਪਿਛਲੇ 4 ਦਹਾਕਿਆਂ ਤੋਂ ਕਾਫੀ ਬਦਨਾਮ ਹੋਇਆ ਹੈ ਡੰਡੀ ਸੂਬੇ ਦੀ ਦਹਲੀਜ ਤੇ ਨਸ਼ਿਆਂ ਦੀ ਲਨਤ 8ਵੇਂ ਦਹਾਕੇ ਦੀ ਸ਼ੁਰੂਆਤ ਵਿੱਚ ਖੜਕੂਵਾਦ ਦੀ ਦਸਤਕ ਸਮੇ ਸੁਣਾਈ ਦਿੱਤੀ ਸੀ ਅਤੇ ਫਿਰ ਦੇਖਦੇ ਹੀ ਦੇਖਦੇ ਇਸ ਨੇ ਪੰਜਾਬ ਦੇ ਲੋਕਾਂ ਖਾਸ ਤੌਰ ਤੇ ਸੂਬੇ ਦੇ ਨੌਜਵਾਨਾਂ ਨੂੰ ਇਸ ਤਰ੍ਹਾਂ ਆਪਣੇ ਜਾਲ ਵਿੱਚ ਫਸਾਇਆ ਕਿ ਸੂਬੇ ਉੱਪਰ ਪੂਰੇ ਦੇਸ਼ ਨੇ ਨਸ਼ੇੜੀ ਹੋਣ ਦਾ ਫਤਵਾ ਮੜਨਾ ਸ਼ੁਰੂ ਕਰ ਦਿੱਤਾ ਡੰਡੀ ਸ਼ਰਾਬ ਤਾਂ ਪਹਿਲਾਂ ਤੋਂ ਹੀ ਪੰਜਾਬ ਵਿੱਚ ਨਸ਼ੇ ਦਾ ਇੱਕ ਵੱਡਾ ਸਰੋਤ ਰਹੀ ਹੈ ਡੰਡੀ ਅਫੀਮ ਚਰਸ ਕੋਕੀਨ ਅਤੇ ਹਰੋਇਨ ਵਰਗੇ ਨਸ਼ੀਲੇ ਪਦਾਰਥਾਂ ਨੇ ਸੂਬੇ ਦੀ ਨੌਜਵਾਨ ਪੀੜ੍ਹੀ ਨੂੰ ਪੂਰੀ ਤਰ੍ਹਾਂ ਆਪਣੀ ਗ੍ਰਿਫਤ ਵਿੱਚ ਲੈ ਲਿਆ ਡੰਡੀ ਸਮਗਲਿੰਗ ਦੇ ਇਸ ਕਾਰੋਬਾਰ ਵਿੱਚ ਇੰਨਾ ਪੈਸਾ ਹਾਸਲ ਹੋਣ ਲੱਗਿਆ ਕਿ ਨਸ਼ੀਲੇ ਕਾਰੋਬਾਰ ਨੂੰ ਪੁਲਿਸ ਅਤੇ ਰਾਜਨੀਤੀ ਵਾਲੇ ਖਾਸ ਤੌਰ ਤੇ ਸੱਤਾ ਵਰਗ ਦਾ ਭਰਪੂਰ ਸਾਥ ਹੈ ਅਤੇ ਸਹਿਯੋਗ ਹੈ ਮਿਲਣ ਲੱਗਿਆ ਡੰਡੀ ਇਸ ਰੈਕੇਟ ਦਾ ਜਾਲ ਇੰਨਾ ਵਿਆਪਕ ਹੈ ਕਿ ਅਮਰੀਕਾ ਕੈਨੇਡਾ ਅਤੇ ਯੂਰਪੀ ਦੇਸ਼ਾਂ ਵਿੱਚ ਵੀ ਇਸ ਦੇ ਤਾਰ ਜੁੜੇ ਹੋਏ ਪਤਾ ਲੱਗੇ ਹਨ ਡੰਡੀ ਪੰਜਾਬ ਦੇ ਇਸ ਨਸ਼ਾ ਕਾਰੋਬਾਰ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਪੁਲਿਸ ਅਧਿਕਾਰੀਆਂ ਅਤੇ ਹੋਰ ਰਾਜਨੀਤੀ ਵਾਲਿਆਂ ਨੇ ਵੀ ਆਪਣਾ ਕਾਲਾ ਧਨ ਨਿਵੇਸ਼ ਕੀਤਾ ਹੋਇਆ ਹੈ ਡੰਡੀ 2 ਸਾਲ ਪਹਿਲਾਂ ਵੀ ਇੱਕ ਵੱਡਾ ਪੁਲਿਸ ਅਫਸਰ ਰਹੇ ਜਗਦੀਸ਼ ਭੋਲਾ ਵੱਲੋਂ ਸੰਚਾਲਿਤ ਕਰੋੜਾਂ ਰੁਪਏ ਦੇ ਨਸ਼ਾ ਰਕੇਟ ਦਾ ਪਤਾ ਲੱਗਾ ਸੀ ਡੰਡੀ ਰਾਜਾ ਕੰਧੋਲਾ ਇਸੇ ਰੈਕੇਟ ਦੀ ਗੂੰਜ ਵਿਦੇਸ਼ਾਂ ਵਿੱਚ ਵੀ ਸੁਣਾਈ ਦਿੱਤੀ ਸੀ ਡੰਡਿੰਗ ਅੰਮ੍ਰਿਤਸਰ ਅਤੇ ਤਰਨਤਾਰਨ ਤੋਂ ਇੱਕ ਅਕਾਲੀ ਨੇਤਾ ਦੀ ਮਦਦ ਨਾਲ ਹੁੰਦੇ ਰਹੇ ਨਸ਼ੇ ਦੇ ਰੈਕੇਟ ਨੇ ਵੀ ਸੂਬੇ ਦੀ ਰਾਜਨੀਤੀ ਵਿੱਚ ਪ੍ਰਸ਼ਾਸਨ ਨੂੰ ਹਿਲਾਕੇ ਰੱਖ ਦਿੱਤਾ ਸੀ ਡੰਡਿੰਗ ਪੰਜਾਬ ਦੇ ਸਰਹੱਦੀ ਖੇਤਰਾਂ ਤੋਂ ਆਮ ਤੌਰ ਤੇ ਸਰਹੱਦੋਂ ਪਾਰ ਤੋਂ ਕਰੋੜਾਂ ਰੁਪਏ ਦੀ ਹਰੋਇਨ ਦੇ ਨਾਲ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਰੂਦ ਭੇਜੇ ਜਾਣ ਦੀਆਂ ਖਬਰਾਂ ਮਿਲਦੀਆਂ ਰਹਿੰਦੀਆਂ ਹਨ ਡੰਡੀਪਰਾਂ ਅਸੀਂ ਸਮਝਦੇ ਹਾਂ ਕਿ ਬਿਨਾਂ ਸ਼ੱਕ ਕਦੇ ਖੁਸ਼ਹਾਲ ਅਤੇ ਹਰਿਆ ਭਰਿਆ ਰਹੇ ਪੰਜਾਬ ਨੂੰ ਅੱਜ ਸੱਚਮੁੱਚ ਕਿਸੇ ਦੀ ਨਜ਼ਰ ਲੱਗ ਗਈ ਹੈ ਡੰਡੀ ਧਨ ਦੌਲਤ ਪੱਖੋਂ ਖੁਸ਼ਹਾਲ ਰਹੇ ਅਤੇ ਕਿਉਂ ਦੋ ਦਨੀਆਂ ਨਦੀਆਂ ਵਾਲੇ ਪੰਜਾਬ ਵਿੱਚ ਅੱਜ ਹਰ ਰੋਜ ਅਖਬਾਰਾਂ ਖੋਲਦਿਆਂ ਹੀ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਮਿਲਣ ਦੀਆਂ ਖਬਰਾਂ ਪੜਨੋਂ ਮਿਲਦੀਆਂ ਹਨ ਡੰਡੀ ਨਸ਼ੇ ਦੇ ਜ਼ਿਆਦਾ ਸੇਵਨ ਨਾਲ ਨੌਜਵਾਨਾਂ ਦੀ ਮੌਤ ਹੋਣ ਦੀਆਂ ਘਟਨਾਵਾਂ ਵੀ ਹਮੇਸ਼ਾ ਹੁੰਦੀਆਂ ਰਹਿੰਦੀਆਂ ਹਨ ਡੰਡੀ ਇਸ ਗੱਲ ਵਿੱਚ ਕੋਈ ਦੋ ਰਾਮਾ ਨਹੀਂ ਕੇ ਸੁਬੇ ਦੀ ਨੌਜਵਾਨ ਪੀੜੀ ਦੀ ਇੱਕ ਵੱਡੀ ਗਿਣਤੀ ਅੱਜ ਨਸ਼ੇ ਦੀ ਗ੍ਰਿਫਤ ਵਿੱਚ ਹੈ ਡੰਡੀ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਅਤੇ ਨਸ਼ਿਆਂ ਦੇ ਸੇਵਨ ਦਾ ਆਲਮ ਇਹ ਹੈ ਕਿ ਚੋਣ ਪ੍ਰਚਾਰ ਦੇ ਅੱਦੇ ਰਸਤੇ ਤੱਕ ਪਹੁੰਚਦੇ ਪਹੁੰਚਦੇ 333 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜਬਤ ਕੀਤੇ ਜਾ ਚੁੱਕੇ ਹਨ ਡੰਡੀ ਹਾਲੇ ਚੋਣਾ ਅਤੇ ਚੋਣ ਨਤੀਜੇ ਐਲਾਨ ਹੋਣ ਵਿੱਚ ਲਗਭਗ 1 ਮਹੀਨੇ ਦਾ ਹੋਰ ਸਮਾਂ ਬਾਕੀ ਹੈ ਡੰਡੀ ਇਸ ਤਰ੍ਹਾਂ ਦੀ ਹਾਲਤ ਵਿੱਚ ਪੰਜਾਬ ਦੇ ਭਵਿੱਖ ਅਤੇ ਖਾਸ ਕਰਕੇ ਸੂਬੇ ਦੇ ਨੌਜਵਾਨ ਪੀੜ੍ਹੀ ਦੇ ਭਵਿੱਖ ਨੂੰ ਲੈ ਕੇ ਚਿੰਤਾ ਪੈਦਾ ਹੋਣੀ ਬਹੁਤ ਸੁਭਾਵਕ ਹੀ ਹੈ ਡੰਡੀ ਬਿਨਾਂ ਸ਼ੱਕ ਰਾਜਨੀਤੀ ਦੇ ਮਦਦ ਤੋਂ ਬਿਨਾ ਇੰਨੇ ਵੱਡੇ ਰਾਟਰ ਵਿਰੋਧੀ ਅਤੇ ਸਮਾਜ ਵਿਰੋਧੀ ਕਾਰੇ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਡੰਡੀ ਕੁਝ ਅਰਸਾ ਪਹਿਲਾਂ ਪੰਜਾਬ ਦੇ ਇੱਕ ਪ੍ਰਸਿੱਧ ਪੁਲਿਸ ਅਧਿਕਾਰੀ ਨੇ ਕਈ ਵਾਰ ਇਸ ਗੱਲ ਦਾ ਖੁੱਲੇ ਆਮ ਦਾਵਾ ਕੀਤਾ ਹੈ ਕਿ ਸੂਬੇ ਵਿੱਚ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਵਿੱਚ ਇਸੇ ਆਗੂਆਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੁਲਿਸ ਦੇ ਰਾਟਰ ਵਿਰੋਧੀ ਗੱਠ ਜੋੜ ਬਾਰੇ ਉਹਨਾਂ ਨੇ ਖੋਦ ਤਤਕਾਲੀ ਮੁੱਖ ਮੰਤਰੀ ਤੱਕ ਰਿਪੋਰਟ ਹੈ ਪੰਚਾਇਤੀ ਡੰਡੀ ਇਸ ਤਰ੍ਹਾਂ ਦੇ ਸਥਿਤੀ ਵਿੱਚ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਪੰਜਾਬ ਦੇ ਨੌਜਵਾਨ ਵਰਗ ਨੂੰ ਲਗਾਤਾਰ ਨਸ਼ੇ ਅਤੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਦੇ ਜਾਲ ਵੱਲ ਤੱਕਿਆ ਜਾ ਰਿਹਾ ਹੈ ਡੰਡੀ ਇਸ ਤਰ੍ਹਾਂ ਹੁੰਦਾ ਹੈ ਤਾਂ ਅਖੀਰ ਪੂਰੇ ਸੂਬੇ ਲਈ ਵਿਨਾਸ਼ਕ ਸਥਿਤੀ ਪੈਦਾ ਹੋਵੇਗੀ ਡੰਡੀ ਅਸੀਂ ਸਮਝਦੇ ਹਾਂ ਕਿ ਬਿਨਾਂ ਸ਼ੱਕ ਹਾਲੇ ਵੀ ਸਮਾਂ ਹੈ ਕਿ ਆਪਣੇ ਪਿਆਰੇ ਪੰਜਾਬ ਨੂੰ ਇਸ ਵਿਨਾਸ਼ਕ ਟੋਏ ਵਿੱਚੋਂ ਕੱਢਿਆ ਜਾ ਸਕਦਾ ਹੈ ਅਤੇ ਇਸ ਲਈ ਪੂਰੇ ਸਮਾਜ ਸੂਬੇ ਦੇ ਪ੍ਰਸ਼ਾਸਨਿਕ ਵਲਸਤ ਤੰਤਰ ਅਤੇ ਸਭ ਤੋਂ ਵੱਧ ਕੇ ਰਾਜਸੀ ਵਰਗ ਨੂੰ ਆਪਣੇ ਆਪਣੇ ਧਰਾਤਲ ਤੇ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਾ ਹੋਵੇਗਾ ਡੰਡੀ ਇਹ ਕੰਮ ਜਿੰਨੀ ਜਲਦੀ ਕੀਤਾ ਜਾਵੇਗਾ ਉਹਨਾਂ ਹੀ ਪੰਜਾਬ ਅਤੇ ਪੰਜਾਬੀਆਂ ਦੇ ਹਿੱਤ ਵਿੱਚ ਹੋਵੇਗਾ ਡੰਡੀ ਸਟਾਰਟ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 20 ਫਰਵਰੀ ਨੂੰ ਹੋਣ ਜਾ ਰਹੀਆਂ ਹਨ ਇਸ ਮੌਕੇ ਲੋਕਾਂ ਦੇ ਵਿਕਾਸ ਨੂੰ ਲੈ ਕੇ ਕੋਈ ਵੀ ਸਿਆਸੀ ਪਾਰਟੀ ਗੱਲ ਕਰਦੀ ਨਜ਼ਰ ਨਹੀਂ ਆਉਂਦੀ ਡੰਡੀ ਗਲੀਆਂ ਨਾਲੀਆਂ ਸੜਕਾਂ ਹਸਪਤਾਲ ਸਕੂਲ ਨੌਜਵਾਨਾਂ ਨੂੰ ਰੁਜ਼ਗਾਰ ਕਿਸਾਨੀ ਕਿੱਤੇ ਨੂੰ ਸਹਾਰਾ ਦੇਣਾ ਕਰੋਨਾ ਕਾਲ ਦੌਰਾਨ ਛੋਟੇ ਵੱਡੇ ਉਦਯੋਗਾਂ ਨੂੰ ਦੁਬਾਰਾ ਪੈਰਾਂ ਤੇ ਖੜੇ ਕਰਨਾ ਆਦ ਅਨੇਕਾਂ ਹੀ ਲੋਕ ਹਿੱਤ ਦੇ ਮੁੱਦੇ ਹਨ ਪਰ ਜੋ ਅਲੋਪ ਹਨ ਡੰਡੀ ਇਸ ਵਕਤ ਕੇਵਲ ਆਟਾ ਦਾਲ ਸਕੀਮ ਮੁਫਤ ਬਿਜਲੀ ਔਰ ਤਾਨੂ ਇੱਕ ਇੱਕ 2200 ਰੁਪਏ ਹਰ ਮਹੀਨੇ ਦੇਣ ਦੇ ਐਲਾਨ ਕੀਤੇ ਜਾ ਰਹੇ ਹਨ ਡੰਡੀ ਕਿ ਪੰਜਾਬੀ ਹੁਣ ਹੈ ਰੁਜ਼ਗਾਰ ਭੁੱਲ ਜਾਵੇ ਅਤੇ ਆਲਸੀ ਬਣ ਜਾਵੇ ਅਤੇ ਆਪ ਕੰਮ ਕਰਨ ਦੀ ਬਜਾਏ ਹਰ ਮਹੀਨੇ ਮੁਫਤ ਦੀਆਂ ਸਹੂਲਤਾਂ ਉਡੀਕਦਾ ਰਹੇ ਡੰਡੀ ਇਹ ਚਿੰਤਾ ਦਾ ਵਿਸ਼ਾ ਹੈ ਡੰਡੀ ਪੰਜਾਬੀਆਂ ਨੂੰ ਮੁਫਤ ਸਹੂਲਤਾਂ ਨਹੀਂ ਬਲਕਿ ਰੁਜ਼ਗਾਰ ਦੀ ਜ਼ਰੂਰਤ ਹੈ ਡੰਡੀ ਹੁਣ ਚੋਣਾਂ ਮੌਕੇ ਨਵੀਂ ਪਿਰਤ ਪੈ ਗਈ ਹੈ ਕਿ ਹਰ ਪਾਟ ਮੁੱਖ ਮੰਤਰੀ ਦਾ ਚਿਹਰਾ ਅੱਗੇ ਰੱਖ ਕੇ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਡੰਡੀ ਕਿ ਇਹਨਾਂ ਸਿਆਸੀ ਪਾਰਟੀਆਂ ਨੂੰ ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਕੀਤੇ ਵਿਕਾਸ ਰੁਜ਼ਗਾਰ ਸਿਹਤ ਸਿੱਖਿਆ ਆਦਿ ਹੋਰ ਕਈ ਤਰ੍ਹਾਂ ਦੇ ਮੁੱਦਿਆਂ ਨੂੰ ਅੱਗੇ ਰੱਖ ਕੇ ਚੋਣਾ ਵਿੱਚ ਨਹੀਂ ਉਤਰਨਾ ਚਾਹੀਦਾ ਡੰਡੀ ਕਿ ਹੁਣ ਚੋਣਾ ਮੌਕੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਬੇਰਜ਼ਗਾਰੀ ਨਸ਼ੇ ਦਾ ਖਾਤਮਾ ਮਰੀਜ਼ਾਂ ਲਈ ਹਸਪਤਾਲ ਆਦਿ ਦੀ ਕੋਈ ਗੱਲ ਨਹੀਂ ਕੀਤੀ ਜਾਵੇਗੀ ਪ੍ਰਸ਼ੰਚਨ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਮਜ਼ਦੂਰਾਂ ਨੂੰ ਕੰਮ ਅਤੇ ਕਿਸਾਨਾਂ ਦੇ ਵਰਜ ਮੁਆਫੀ ਆਦਿ ਅਹਿਮ ਮੁੱਦੇ ਹੁਣ ਹਾਸ਼ੀਏ ਤੋਂ ਅਲੋਪ ਹੋ ਰਹੇ ਹਨ ਡੰਡੀ ਜੇਕਰ ਲੋਕ ਵਿਕਾਸ ਮੁੱਦਿਆਂ ਤੇ ਸਿਆਸੀ ਪਾਰਟੀਆਂ ਵੋਟਾਂ ਮੰਗਣ ਤਾਂ ਉਹ ਦਿਨ ਦੂਰ ਨਹੀਂ ਜਦੋਂ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਭਾਰਤ ਦਾ ਸਭ ਤੋਂ ਮੋਰੀ ਸੂਬਾ ਹੋਵੇਗਾ ਡੰਡੀਪਰਾ ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਵੋਟਾਂ ਦੀ ਤਿਆਰੀ ਹੈ ਡੰਡੀ ਕੁਝ ਸਾਲਾਂ ਤੋਂ ਦੇਸ਼ ਦੀ ਰਾਜਨੀਤੀ ਵਿੱਚ ਦਾਗੀ ਸਿਆਸਦਾਨਾਂ ਦਾ ਹੀ ਬੋਲਬਾਲਾ ਹੈ ਡੰਡੀ ਕਿਹਾ ਜਾਂਦਾ ਹੈ ਜਦੋਂ ਤੱਕ ਕਿਸੇ ਦਾਗੀ ਆਖੇ ਜਾਣ ਵਾਲੇ ਵਿਅਕਤੀ ਉਸਾਂ ਦੇ ਵਿਰੁੱਧ ਅਦਾਲਤ ਵਿੱਚ ਦੋਸ਼ ਹੈ ਸਿੱਧਣਾ ਹੋ ਜਾਣ ਉਦੋਂ ਤੱਕ ਉਹ ਦੋਸ਼ੀ ਜਾਂ ਅਪਰਾਧੀ ਨਹੀਂ ਮੰਨਿਆ ਜਾ ਸਕਦਾ ਡੰਡੀ ਹੋ ਸਕਦਾ ਹੈ ਕਿ ਸਰਕਾਰ ਚਲਾਉਣ ਦੀ ਮਜਬੂਰੀ ਵਿੱਚ ਇਸੇ ਤਰਕ ਦੇ ਤੱਥ ਨੂੰ ਲੈ ਕੇ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਨੇ ਕੁਝ ਦੋਸ਼ੀਆਂ ਤੇ ਜਨਤਾ ਵੱਲੋਂ ਠੁਕਰਾਏ ਅਰਥਾਤ ਚੋਣਾਂ ਵਿੱਚ ਹਾਰੇ ਨੇਤਾਵਾਂ ਨੂੰ ਉਹਨਾਂ ਦੀ ਯੋਗਤਾ ਤੇ ਤਰਬੇ ਨੂੰ ਦੇਖਦਿਆਂ ਹੋਇਆਂ ਉਹਨਾਂ ਨੂੰ ਮੰਤਰੀ ਬਣਾ ਦਿੱਤਾ ਹੋਵੇ ਡੰਡੀ ਪਰ ਇੱਕ ਸਾਫ਼ ਸੁਥਰੇ ਮੰਤਰੀ ਮੰਡਲ ਵਿੱਚ ਖੁਦ ਸਿਆਣੇ ਦਾਗੀ ਮੰਤਰੀ ਵੀ ਹੋਣ ਤਾਂ ਵੀ ਇਹ ਸਹੀ ਨਹੀਂ ਹੈ ਡੰਡੀ ਦੇਸ਼ ਵਿੱਚ ਇਨਸਾਫ ਪ੍ਰਾਪਤ ਕਰਨ ਦੀ ਪ੍ਰਕਿਰਿਆ ਇੰਨੀ ਲੰਬੀ ਹੈ ਕਿ ਕੋਈ ਵੀ ਫੈਸਲਾ ਹੋਣ ਤੋਂ ਪਹਿਲਾਂ ਦੋਸ਼ੀ ਬਾਹੂ ਬਲ ਛਲ ਕਪਟ ਤੇ ਪੈਸੇ ਦੇ ਸਹਾਰੇ ਨਾਲ ਬਚ ਜਾਂਦਾ ਹੈ ਡੰਡੀ ਕੁਝ ਵਿਚਾਰਕਾਂ ਦਾ ਕਹਿਣਾ ਹੈ ਕਿ ਇਹੋ ਜਿਹੇ ਲੋਕਾਂ ਨੂੰ اخلاق ਦੇ ਆਧਾਰ ਤੇ ਮੰਤਰੀਆਂ ਦੇ ਉਧਿਆਨ ਨੂੰ ਛੱਡ ਦੇਣਾ ਚਾਹੀਦਾ ਹੈ ਡੰਡੀ ਪਰ ਇਹ ਇੰਨਾ ਇਸਾਨ ਨਹੀਂ ਕਿਉਂਕਿ ਜੇ ਇਹੋ ਜਿਹਾ ਹੁੰਦਾ ਤਾਂ ਉਹ ਕੁਰਸੀ ਦੀ ਇੱਛਾ ਰੱਖਣ ਵਾਲੇ ਚੋਣ ਹੀ ਕਿਉਂ ਲੜਦੇ ਡੰਡੀ ਦੇਹਜ ਕਤਲ ਦੇ ਵਪਾਰ ਸਰਕਾਰੀ ਸੁਰੱਖਿਆ ਵਿੱਚ ਲਾਟਰੀ ਸੱਟਾ ਜਬਰਜਨਾ ਆਦ ਬੁਰਾਈਆਂ ਤੋਂ ਅਜੇ ਸਾਡਾ ਖਹਿੜਾ ਨਹੀਂ ਛੁੱਟਿਆ ਕਿਉਂਕਿ ਇਹਨਾਂ ਨੂੰ ਦਾਗੀ ਲੀਡਰਾਂ ਦੀ ਛਹਿ ਡੰਡੀ ਸੋ ਭਰਾਵੋ ਹੁਣ ਫੇਰ ਆਪਣੇ ਹੱਥ ਮੌਕਾ ਆਇਆ ਹੈ ਕਿ ਆਪਾਂ ਇਹਨਾਂ ਦਾਗੀ ਪ੍ਰਸ਼ਟ ਲੀਡਰਾਂ ਨੂੰ ਨਕਾਰ ਦਈਏ ਅਤੇ ਸਾਫ਼ ਸੁਥਰੇ ਅਕਸ ਵਾਲੇ ਨੇਤਾ ਨੂੰ ਹੀ ਚੁਣੀਏ ਡੰਡੀ ਚੋਣਾ ਫਿਰ ਤੋਂ ਨੇੜੇ ਆ ਗਈਆਂ ਹਨ ਅਤੇ ਸਾਡੇ ਸਿਆਸੀ ਲੀਡਰਾਂ ਦੇ ਗੇੜੇ ਹੁਣ ਤੋਂ ਹੀ ਸਾਡੇ ਆਮ ਜਹੇ ਲੋਕਾਂ ਦੇ ਘਰਾਂ ਵਿੱਚ ਵੱਜਣੇ ਸ਼ੁਰੂ ਹੋ ਜਾਣਗੇ ਵੱਖ-ਵੱਖ ਪਾਰਟੀਆਂ ਦੇ ਆਗੂ ਵੋਟ ਪਾਉਣ ਲਈ ਵੱਖਰੇ ਵੱਖਰੇ ਕਿਸਮ ਦੇ ਸਬਜ਼ ਬਾਗ ਵੀ ਦਿਖਾਉਣਗੇ ਅਤੇ ਲਾਲਚ ਦੇ ਕੇ ਸਾਡੀ ਬੇਵਸੀ ਦਾ ਫਾਇਦਾ ਵੀ ਉਠਾਉਣਗੇ ਡੰਡੀ ਪਰ ਜਿਨ੍ਹਾਂ ਨੇ ਕਦੇ ਪਿਛਲੇ 5 ਸਾਲ ਤੋਂ ਆਪਣੇ ਵੋਟਰਾਂ ਨੂੰ ਮੂੰਹ ਨਹੀਂ ਸੀ ਦਿਖਾਇਆ ਅੱਜ ਉਹੀ ਲੋਕ ਫਿਰ ਤੁਹਾਡੀ ਚਾਪਲੂਸੀ ਕਰਦੇ ਨਜ਼ਰ ਆਉਣਗੇ ਅਤੇ ਚਿਕਨੀਆਂ ਚੋਪੜੀਆਂ ਗੱਲਾਂ ਕਰਕੇ ਹਮਦਰਦੀ ਦਿਖਾਉਣਗੇ ਡੰਢੀ ਅਸੀਂ ਲੋਕ ਫਿਰ ਇਹਨਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਹਾਂ ਅਤੇ ਕਈ ਆਪਣੀ ਮਜਬੂਰੀ ਵਸ ਪੈਸੇ ਦੇ ਲਾਲਚ ਵਿੱਚ ਨਸ਼ੇ ਦੇ ਲਾਲਚ ਵਿੱਚ ਕਿਸੇ ਰੁਜ਼ਗਾਰ ਨੌਕਰੀ ਦੇ ਲਾਲਚ ਵਸ ਪੈ ਕੇ ਇਹਨਾਂ ਨੂੰ ਵੋਟਾਂ ਪਾ ਦਿੰਦੇ ਹਨ ਅਤੇ ਜਦੋਂ ਇਹ ਲੋਕ ਕੁਰਸੀ ਹਾਸਲ ਕਰ ਲੈਂਦੇ ਹਨ ਬਰਨਾਲਾ ਫਿਰ ਉੱਥੇ ਦਾ ਉੱਥੇ ਹੀ ਰਹਿ ਜਾਂਦਾ ਹੈ ਡੰਡੀ ایسے ਲੀਡਰਾਂ ਨਾਲ ਹੀ ਦੇਸ਼ ਦੀ ਤਰੱਕੀ ਵਿੱਚ ਨਗਾਰ ਹੁੰਦਾ ਹੈ ਡੰਡੀ ਇਸ ਲਈ ਵੋਟਰ ਜਾਗ ਰੁਕ ਹੋਣ ਅਤੇ ਬਿਨਾ ਕਿਸੇ ਲਾਲਚ ਤੋਂ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਤਾਂ ਕਿ ਸਾਡੇ ਦੇਸ਼ ਦੀ ਵਾਗ ਡੋਰ ਸਹੀ ਇਨਸਾਨ ਸਹੀ ਤਰੀਕੇ ਨਾਲ ਸੰਭਾਲ ਦੇਸ਼ ਨੂੰ ਤਰੱਕੀ ਦੀਆਂ ਰਾਹਾਂ ਤੇ ਲਿਜਾ ਸਕੇ ਡੰਡੀ ਪਰ ਪੰਜਾਬ ਵਿਧਾਨ ਸਭਾ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਭੱਖੇ ਚੁੱਕਿਆ ਹੈ ਡੰਡੀ ਸਚਾਈ ਇਹ ਹੈ ਕਿ ਪਾਰਟੀਆਂ ਤੇ ਆਗੂਆਂ ਦੇ ਨਾਲੋਂ ਕੀਤੇ ਜਿਆਦਾ ਇਹ ਸਮਾਂ ਵੋਟਰਾਂ ਦੇ ਲਈ ਇਮਤਿਹਾਨ ਦਾ ਹੈ ਡੰਡੀ ਕਿਉਂਕਿ ਰਵਾਇਤੀ ਪਾਰਟੀਆਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਪਾਰਟੀਆਂ ਤੇ ਮੋਰਚੇ ਚੋਣ ਦੰਗਲ ਵਿੱਚ ਕੁਦ ਚੁੱਕੇ ਹਨ ਡੰਡੀ ਹਰ ਪਾਰਟੀ ਦਾ ਆਗੂ ਪੰਜਾਬੀਆਂ ਨਾਲ ਮੁਫਤ ਸਹੂਲਤਾਂ ਦੇਣ ਦੇ ਨਾਲ ਨਾਲ ਹੋਰ ਬਹੁਤ ਸਾਰੇ ਵਾਦੇ ਦਾਬੇ ਕਰ ਰਿਹਾ ਹੈ ਡੰਡੀ ਸਚਾਈ ਇਹ ਵੀ ਹੈ ਕਿ ਵੋਟਰ ਪਹਿਲਾ ਨਾਲੋਂ ਕਿਤੇ ਜ਼ਿਆਦਾ ਚੌਕਸ ਤੇ ਸਮੇਦਾਰ ਹੋ ਗਿਆ ਹੈ ਡੰਡੀ ਵੋਟਰ ਦੇ ਚੁਕੰਨਾ ਹੋਣ ਨੇ ਪਾਰਟੀ ਆਗੂਆਂ ਤੇ ਉਮੀਦਵਾਰਾਂ ਨੂੰ ਹੱਥਾਂ ਪੈਰਾਂ ਦੀ ਪਾਈ ਹੋਈ ਹੈ ਡੰਡੀ ਵੋਟਰ ਦੇ ਚਕੰਨਾ ਹੋਣ ਦਾ ਸੇਰਾ ਵੀ ਬਹੁਤਾ ਕਰਕੇ ਰਵੈਤੀ ਪਾਰਟੀਆਂ ਦੇ ਆਗੂਆਂ ਨੂੰ ਹੀ ਜਾਂਦਾ ਹੈ ਕਿਉਂਕਿ ਪੌਣੀ ਸਦੀ ਤੋਂ ਲੈ ਕੇ ਅੱਜ ਤੱਕ ਪੰਜਾਬੀਆਂ ਨੂੰ ਜੋ ਸੁਪਨੇ ਵਿਖਾਏ ਗਏ ਉਹ ਹਕੀਕਤਾਂ ਵਿੱਚ ਦੇਖਣ ਨੂੰ ਨਹੀਂ ਮਿਲੇ ਡੰਡੀ ਲੋਕ ਜੀਵਨ ਨੂੰ ਸੁਖਾਲਾ ਬਣਾਉਣ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਤੋਂ ਇਲਾਵਾ ਹੋਰ ਬਹੁਤ ਕੁਝ ਕਰਨ ਲਈ ਨਿਸ਼ਾਨੇ ਤਾਂ ਮਿੱਥੇ ਗਏ ਪਰ ਮਿੱਥੇ ਨਿਸ਼ਾਨਿਆਂ ਨੂੰ ਪੂਰ ਚੜਾਉਣ ਲਈ ਕੁਝ ਨਹੀਂ ਕੀਤਾ ਗਿਆ ਡੰਡੀ ਹਰ 5 ਸਾਲ ਬਾਅਦ ਆਪਣੇ ਆਪ ਨੂੰ ਲੁੱਟਿਆ ਲੁੱਟਿਆ ਮਹਿਸੂਸ ਕਰਨ ਵਾਲੇ ਪੰਜਾਬੀ ਆਉਂਦੀ 20 ਫਰਵਰੀ ਨੂੰ ਇਮਤਿਹਾਨ ਨੂੰ ਕਿੰਨੇ ਕੋ ਗੰਭੀਰਤਾ ਨਾਲ ਲੈਂਦੇ ਹਨ को नहीं डंडी इस पता तो असल च नतीजे वाले दिन ही लगेगा डंडी God. पिछले ਕੁਝ ਸਾਲਾਂ ਦੌਰਾਨ ਚੋਣ ਕਮਿਸ਼ਨ ਦੇ ਅਕਸ ਵਿੱਚ ਭਾਰੀ ਗ੍ਰਾਵਟੈਂ ਆਈ ਹੈ ਡੰਡੀ ਉਸਤੇ ਇਹ ਦੋਸ਼ ਤਾਂ ਹੁਣ ਆਮ ਹੋ ਗਿਆ ਹੈ ਕਿ ਉਹ ਸੱਤਾਧਾਰੀ ਪਾਰਟੀ ਦੇ ਵੱਡੇ ਨੇਤਾਵਾਂ ਦੀ ਸਹੂਲਤ ਮੁਤਾਬਕ ਚੋਣ ਪ੍ਰੋਗਰਾਮ ਦਾ ਐਲਾਨ ਕਰਦਾ ਹੈ ਡੰਡੀ ਇਹ ਵੀ ਮੰਨਿਆ ਜਾਂਦਾ ਹੈ ਕਿ ਜਬਤੇ ਦੀ ਉਲੰਘਣਾ ਦੇ ਮਾਮਲ ਵਿਚ ਕਮਿਸ਼ਨ ਸਿਰਫ ਵਿਰੋਧੀ ਨਤਾਵਾਂ ਖਿਲਾਫ ਹੀ ਕਾਰਵਾਈ ਕਰਦਾ ਹੈ ਅਤੇ ਸੱਤਾਧਾਰੀ ਪਾਰਟੀ ਦੇ ਨਤਾਵਾਂ ਨੂੰ ਕਲੀਨ ਚਟ ਦੇ ਦਿੰਦਾ ਹੈ ਡੰਡਿੰਗ ਪਾਰੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਇਸ ਤੋਂ ਵੀ ਅੱਗੇ ਦੀ ਗੱਲ ਸੁਣ ਨੂੰ ਮਿਲ ਰਹੀ ਹੈ ਜੋ ਕਿ ਬਹੁਤ ਚਿੰਤਾਜਨਕ ਹੈ ਡੰਡੀ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਘੁੰਮ ਰਹੇ ਕਈ ਆਜ਼ਾਦ ਪੱਤਰਕਾਰਾਂ ਅਤੇ ਟਿੱਪਣੀਕਾਰਾਂ ਨੇ ਇਸ ਨੂੰ ਸੁਣਿਆ ਹੈ ਅਤੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈ ਕਿ ਵਿਰੋਧੀ ਪਾਰਟੀਆਂ ਦੇ ਨੇਤਾ ਪ੍ਰਚਾਰ ਦੌਰਾਨ ਵੋਟਰਾਂ ਤੋਂ ਆਪਣੇ ਉਮੀਦਵਾਰ ਨੂੰ 10000 ਤੋਂ ਵਧੇਰੇ ਵੋਟਾਂ ਨਾਲ ਜਿਤਾਉਣ ਦੀ ਅਪੀਲ ਕਰ ਰਹੇ ਹਨ ਡੰਡੀ ਕਈ ਥਾਮਤੇ ਇਹ ਵੀ ਸੁਣਨ ਨੂੰ ਮਿਲਿਆ ਹੈ ਕਿ ਵਿਰੋਧੀ ਧਿਰ ਦੇ ਨੇਤਾ ਇਹ ਵੀ ਕਹਿ ਰਹੇ ਹਨ ਕਿ 10000 ਵੋਟਾਂ ਦਾ ਫਰਕ ਹੈ ਚੋਣ ਕਮਿਸ਼ਨ ਲਈ ਲੈ ਕੇ ਚਲਣਾ ਹੈ ਡੰਡੀ ਚੋਣ ਕਮਿਸ਼ਨ ਤੋਂ ਉਹਨਾਂ ਦਾ ਭਾਵ ਹੈ ਕਮਿਸ਼ਨ ਤੋਂ ਲੈ ਕੇ ਸਥਾਨਕ ਪ੍ਰਸ਼ਾਸਨ ਤੱਕ ਤੋਂ ਹੈ ਡੰਡੀ ਉਹ ਕਹਿ ਰਹੇ ਹਨ ਕਿ ਜੇਕਰ 10000 ਤੋਂ ਘੱਟ ਵੋਟਾਂ ਦਾ ਫਰਕ ਰਿਹਾ ਤਾਂ ਗਿਣਤੀ ਸਮੇਂ ਤਾਂਦਲੀ ਹੋ ਸਕਦੀ ਹੈ ਡੰਡੀ ਇਹਨਾਂ ਨੇਤਾਵਾਂ ਅਤੇ ਉਮੀਦਵਾਰਾਂ ਨੂੰ ਇੱਕ ਚਿੰਤਾ ਪੋਸਟਲ ਬਲੇਟ ਸਬੰਧੀ ਵੀ ਹੈ ਡੰਡੀ ਧਿਆਨ ਰਹੇ ਕਿ ਪੋਸਟਲ ਬਲੇਟ ਗਿਣਤੀ ਦੇ ਆਖਰੀ ਸਮੇਂ ਤੱਕ ਆ ਸਕਦੀ ਹੈ ਅਤੇ ਉਸ ਸਮੇਂ ਵੀ ਉਸ ਦੀ ਗਿਣਤੀ ਹੋ ਸਕਦੀ ਹੈ ਡੰਡੀ ਪਰ ਆਮ ਤੌਰ ਤੇ ਪਾਰਟੀਆਂ ਦੇ ਨੇਤਾ ਆਪਣੀ ਪਾਰਟੀ ਹਮਲੇ ਤੋਂ ਦੁਖੀ ਹੁੰਦੇ ਹਨ ਆਪਣੀ ਨੀਤੀਆਂ ਤੇ ਸਵਾਲ ਚੁੱਕੇ ਜਾਣ ਤੇ ਉਸ ਦਾ ਜਵਾਬ ਦਿੰਦੇ ਹਨ ਆਪਣੇ ਤੇ ਹੁਣ ਵਾਲੇ ਨਿਜੀ ਹਮਲੇ ਤੋਂ ਨਾਰਾਜ਼ ਹੁੰਦੇ ਹਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਦਯੋਗ ਪਤੀਆਂ ਤੇ ਸਵਾਲ ਚੁੱਕੇ ਜਾਣ ਤੇ ਵੀ ਤੁਰੰਤ ਦੁਖੀ ਹੋ ਜਾਂਦੇ ਹਨ ਡੰਡੀ ਉਹਨਾਂ ਨੂੰ ਲੱਗਦਾ ਹੈ ਕਿ ਉਦਯੋਗ ਪਤੀਆਂ ਤੇ ਸਵਾਲ ਚੁੱਕ ਕੇ ਲੋਕ ਖੋਦੇ ਉਹਨਾਂ ਨੂੰ ਕਟਹਾਰੇ ਵਿੱਚ ਖੜਾ ਕਰ ਰਹੇ ਹਨ ਡੰਡੀ ਇਸ ਲਈ ਰਾਹੁਲ ਗਾਂਧੀ ਨੇ ਜਦੋਂ ਮਹਾਮਾਰੀ ਅਤੇ ਅਰਥ ਵਿਵਸਥਾ ਦੀ ਬੇहद ਖਰਾਬ ਸਥਿਤੀ ਵਿੱਚ ਅਬਾਨੀ ਅਡਾਨੀ ਦੀ ਜਾਦਾਦ ਵਿੱਚ ਹੋਏ ਬੇਹਿਸਾਬ ਵਾਧੇ ਤੇ ਸੰਸਦ ਵਿੱਚ ਸਵਾਲ ਉਠਾਇਆ ਅਤੇ ਕਿਹਾ ਕਿ ਡਬਲ ਏ ਵੈਰੀਐਂਟ ਦੇਸ਼ ਲਈ ਸਭ ਤੋਂ ਖਤਰਨਾਕ ਹਨ ਤਾਂ ਪ੍ਰਧਾਨ ਮੰਤਰੀ ਬਹੁਤ ਦੁਖੀ ਨਜ਼ਰ ਆਏ ਡੰਡੀ ਉਹਨਾਂ ਨੇ ਰਾਹੁਲ ਨੂੰ ਕਿਹਾ ਕਿ ਤੁਹਾਡੀ ਦਾਦੀ ਅਤੇ ਨਾਨਾ ਦੀ ਸਰਕਾਰ ਨੂੰ ਵੀ ਲੋਕ ਟਾਟਾ ਬਿਰਲਾ ਦੀ ਸਰਕਾਰ ਕਹਿੰਦੇ ਸਨ ਡੰਡੀ ਇਹ ਦੂਜਾ ਮੌਕਾ ਸੀ ਜਦੋਂ ਪ੍ਰਧਾਨ ਮੰਤਰੀ ਨੇ ਦੇਸ਼ ਦੀ ਕੀਮਤ ਤੇ ਵੱਧ ਫੁੱਲ ਰਹੇ ਕਾਰੋਬਾਰੀਆਂ ਦਾ ਬਚਾ ਕੀਤਾ ਡੰਡੀ ਇਸ ਤੋਂ ਪਹਿਲਾਂ ਲਖਨਊ ਵਿੱਚ 29 ਜੁਲਾਈ 2018 ਨੂੰ ਦੇਸ਼ ਦੇ ਵੱਡੇ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਦੀ ਹਾਜ਼ਰੀ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਉਹ ਅਦਯੋਗ ਪਤਿਆਂ ਨਾਲ ਦਿਸਨ ਤੋਂ ਨਹੀਂ ਡਰਦੇ ਡੰਡੀ ਉਹਨਾਂ ਨੇ ਕਿਹਾ ਸੀ ਕਿ ਮਹਾਤਮਾ ਗਾਂਧੀ ਵੀ ਬਿਨਾ ਕਿਸੇ ਝਿਜਕ ਦੇ ਬਿਰਲਾ ਦੇ ਨਾਲ ਖੜੇ ਹੁੰਦੇ ਸਨ ਡੰਡੀ ਉਹਨਾਂ ਨੇ ਰਾਹੁਲ ਗਾਂਧੀ ਵੱਲੋਂ ਦੇਸ਼ ਦੇ ਦੋ ਵੱਡੇ ਅਦਯੋਗ ਪਤਿਆਂ ਦੀ ਆਲੋਚਨਾ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਇਹਨਾਂ ਦੀ ਵੀ ਪੋਮਕਾ ਹੁੰਦੀ ਹੈ ਡੰਡੀ ਤੁਸੀਂ ਇਹਨਾਂ ਨੂੰ અપਮਾਨਿਤ ਕਰੋਗੇ ਪ੍ਰਸ਼ੰਚਨ ਇਹ ਕਿਹੜਾ ਤਰੀਕਾ ਹੁੰਦਾ ਹੈ ਪ੍ਰਸ਼ੰਚਨ ਜੋ ਗਲਤ ਹਨ ਉਹ ਦੇਸ਼ ਛੱਡ ਕੇ ਚਲੇ ਗਏ ਡੰਡੀ ਸਟਾਰਟ ਭਾਰਤ ਵਿੱਚ ਚਰਚਾ ਅਤੇ ਜ਼ਿੰਮੇਵਾਰੀ ਤੋਂ ਬਚਣ ਲਈ ਸਰਕਾਰਾਂ ਕੋਲ ਇੱਕ ਅਨੋਖਾ ਬਹਾਨਾ ਹੁੰਦਾ ਹੈ ਕਿ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ ਤੇ ਕਿ ਇਸ ਸੰਤੇ ਚਰਚਾ ਨਹੀਂ ਹੋ ਸਕਦੀ ਜਾਂ ਉਸ ਮਾਮਲੇ ਲਈ ਕਿਸੇ ਦੀ ਜ਼ਿੰਮੇਵਾਰੀ ਤੈ ਨਹੀਂ ਹੋ ਸਕਦੀ ਪ੍ਰਸ਼ਨ ਚਨ ਫਿਰ ਤਾਂ ਕਿਸੇ ਮਸਲੇ ਤੇ ਨਾ ਚਰਚਾ ਹੋ ਸਕਦੀ ਹੈ ਨਾ ਰਾਜਨੀਤੀ ਹੋ ਸਕਦੀ ਹੈ ਅਤੇ ਨਾ ਜ਼ਿੰਮੇਵਾਰੀ ਤੈ ਹੋ ਸਕਦੀ ਹੈ ਕਿਉਂਕਿ ਕਿਸੇ ਨਾ ਕਿਸੇ ਤਰ੍ਹਾਂ ਸਾਰੇ मामले अदालतें ਵਿੱਚ ਚੱਲ ਰਹੇ ਹੁੰਦੇ ਹਨ ਡੰਡੀ ਖੈਰ ਇਸ ਸਨਾਤਨ ਬਹਾਨੇ ਦਾ ਇਸਤੇਮਾਲ ਕੇਂਦਰ ਸਰਕਾਰ ਪੈਗਾਸਸ ਜਸੂਸੀ ਮਾਮਲੇ ਨੂੰ ਟਾਲਣ ਲਈ ਰਹੀ ਹੈ ਡੰਡਿੰਗ ਸੰਸਦ ਦੇ ਬਜਟ اجلاس ਦਾ ਦੂਜਾ ਹਫਤਾ ਗੁਜ਼ਰ ਗਿਆ ਹੈ ਅਤੇ ਇਸ ਦੌਰਾਨ ਸਰਕਾਰ ਦੇ ਮੰਤਰੀਆਂ ਨੇ ਇਹ ਬਹਾਨਾ ਦੱਸਿਆ ਕਿ ਪੈਗਾਸਸ ਮਾਮਲਾ ਸੁਪਰੀਮ ਕੋਰਟ ਵਿੱਚ ਚੱਲ ਰਿਹਾ ਹੈ ਇਸ ਲਈ ਸੰਸਦ ਵਿੱਚ ਚਰਚਾ ਨਹੀਂ ਹੋ ਸਕਦੀ ਡੰਡਿੰਗ ਇਹ ਵੱਖਰੀ ਗੱਲ ਹੈ ਕਿ ਪੈਗਾਸਸਾ ਮਾਮਲਾ ਜਦੋਂ ਸੁਪਰੀਮ ਕੋਰਟ ਐ ਪਹੁੰਚਿਆ ਨਹੀਂ ਸੀ ਉਦੋਂ ਵੀ ਸਰਕਾਰ ਨੇ ਇਸ ਤੇ ਨਾ ਚਰਚਾ ਕਰਾਈ ਸੀ ਅਤੇ ਨਾ ਜਾਂਚ ਡੰਡੀ ਸੋ ਮਾਮਲੇ ਦਾ ਅਦਾਲਤ ਵਿੱਚ ਚੱਲਦਾ ਹੋਣਾ ਇੱਕ ਬਹਾਨਾ ਹੈ ਡੰਡੀ ਰੱਖਵੇਂ ਕਰਨ ਦੀ ਸੀਮਾ ਵਧਾਉਣ ਤੋਂ ਲੈ ਕੇ ਪ੍ਰਮੋਸ਼ਨ ਵਿੱਚ ਰੱਖਵਾ ਕਰਨਾ ਅਤੇ ਸਮਾਨ ਨਾਗਰਿਕਾਂ ਸਹਿਤਾ ਤੋਂ ਲੈ ਕੇ ਕਸ਼ਮੀਰ ਤੱਕ ਦੇ ਅਣਗਿਣਤ ਮਾਮਲੇ ਅਦਾਲਤਾਂ ਵਿੱਚ ਚੱਲ ਰਹੇ ਹਨ ਪਰ ਉਹਨਾਂ ਤੇ ਸੰਸਦ ਵਿੱਚ ਵੀ ਚਰਚਾ ਹੁੰਦੀ ਹੈ ਸਰਕਾਰ ਵੀ ਚਰਚਾ ਕਰਦੀ ਹੈ ਅਤੇ ਮੀਡੀਆ ਵਿੱਚ ਵੀ ਚਰਚਾ ਹੁੰਦੀ ਹੈ ਡੰਡੀ ਸਿਰਫ ਉਹਨਾਂ ਮਸਲਿਆਂ ਤੇ ਅਦਾਲਤ ਦੇ ਬਹਾਨੇ ਚਰਚਾ ਰੋਕੀ ਜਾਂਦੀ ਹੈ ਜੋ ਸਰਕਾਰ ਦੇ ਹਿੱਤ ਵਿੱਚ ਨਾ ਹੋਣ ਡੰਡੀ ਪਰ ਜਦੋਂ ਪ੍ਰਤੀਕਾਂ ਦੀ ਰਾਜਨੀਤੀ ਵਿੱਚ ਭਾਜਪਾ ਬਨਾਮ ਕਾਂਗਰਸ ਦੀ ਗੱਲ ਚੱਲੀ ਹੈ ਤਾਂ 6 ਫਰਵਰੀ ਨੂੰ ਲਤਾ ਮਗੇਸ਼ਕਰ ਦੇ ਦਹਾਤ ਦੌਰਾਨ ਵੀ ਦੋਵਾਂ ਪਾਰਟੀਆਂ ਦਾ ਜਿਸ ਤਰ੍ਹਾਂ ਦਾ ਵਿਹਾਰ ਰਿਹਾ ਉਸ ਤੋਂ ਵੀ ਫਰਕ ਹੈ ਪਤਾ ਲੱਗਦਾ ਹੈ ਡੰਡੀ ਭਜਪਾ ਨੇ ਇਸ ਮੌਕੇ ਤੇ ਵੀ ਪ੍ਰਤੀ ਆਤਮਿਕ ਹੈ ਰਾਜਨੀਤੀ ਵਿੱਚ ਬਾਜ਼ੀ ਮਾਰੀ ਡੰਡੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤਰ ਪ੍ਰਦੇਸ਼ ਅਤੇ ਗੋਆ ਦੋਮਾ ਮਾਨਤੇ ਵਰਚੁਅਲ ਰੈਲੀ ਸੀ ਪਰ ਉਹਨਾਂ ਨੇ ਗੋਆ ਵਿੱਚ ਰੈਲੀ ਰੱਦ ਕੀਤੀ ਅਤੇ ਸ਼ਾਮ ਨੂੰ ਲਤਾ ਮਗੇਸ਼ਕਰ ਦੇ ਅੰਤਮ ਸੰਸਕਾਰ ਵਿੱਚ ਹਿੱਸਾ ਲੈਣ ਮੁੰਬਈ ਪੁੱਜ ਗਏ ਡੰਡੀ ਇਹ ਵੱਖਰੀ ਗੱਲ ਹੈ ਕਿ ਉਹ ਅੰਤਮ ਸੰਸਕਾਰ ਤੱਕ ਨਹੀਂ ਰੁਕੇ ਅਤੇ ਸਿਰਫ ਫੁੱਲ ਚੜਾ ਕੇ ਵਾਪਸ ਆ ਗਏ ਡੰਡੀਪਰਾ ਉਧਰ ਪਾਰਟੀ ਨੇ ਲਖਨਊ ਵਿੱਚ ਚੋਣ ਮਨੋਰਥ ਪੱਤਰ ਜਾਰੀ ਕਰਨ ਦਾ ਪ੍ਰੋਗਰਾਮ ਟਾਲ ਦਿੱਤਾ ਡੰਡੀ ਦੂਜੇ ਪਾਸੇ ਕਾਂਗਰਸ ਨੇ ਕੀ ਕੀਤਾ ਪ੍ਰਚੰਚਨ ਤੇ ਪ੍ਰੋਗਰਾਮ ਦੇ ਹਿਸਾਬ ਨਾਲ ਰਾਹੁਲ ਗਾਂਧੀ ਲੁਧਿਆਣਾ ਗਏ ਅਤੇ ਉੱਥੇ ਮੰਚ ਤੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਐਲਾਨ ਦਿੱਤਾ ਡੰਡੀ ਮੰਚ ਤੇ ਕਾਂਗਰਸ ਨੇ ਵੀ ਮਾਨ ਰਹਿ ਕੇ ਲਤਾ ਮਗੇਸ਼ਕਰ ਨੂੰ ਸ਼ਰਧਾਂਜਲੀ ਦਿੱਤੀ ਪਰ ਪ੍ਰੋਗਰਾਮ ਆਪਣੇ ਹਿਸਾਬ ਨਾਲ ਹੋਇਆ ਡੰਡੀ ਰਾਹੁਲ ਗਾਂਧੀ ਵੀ ਜੇਕਰ ਇਸ ਪ੍ਰੋਗਰਾਮ ਨੂੰ ਇੱਕ ਦਿਨ ਟਾਲ ਦਿੰਦੇ ਤਾਂ ਕੋਈ ਆਫਤ ਨਹੀਂ ਸੀ ਆਉਣੀ ਡੰਡੀ ਕਹਿਦੇ ਅਨੁਸਾਰ ਕਾਂਗਰਸ ਨੂੰ ਵੀ ਆਪਣਾ ਪ੍ਰੋਗਰਾਮ ਰੱਦ ਕਰਨਾ ਚਾਹੀਦਾ ਸੀ ਅਤੇ ਰਾਹੁਲ ਗਾਂਧੀ ਨੂੰ ਮੁੰਬਈ ਜਾਣਾ ਚਾਹੀਦਾ ਸੀ ਡੰਡੀ ਮੁੰਬਈ ਦੇ ਸ਼ਿਵਾਜੀ ਪਾਰਕ ਵਿੱਚ ਕਾਂਗਰਸ ਦਾ ਕੋਈ ਨੇਤਾ ਨਜ਼ਰ ਨਹੀਂ ਆਇਆ ਡੰਡੀ ਪ੍ਰਧਾਨ ਮੰਤਰੀ ਉੱਥੇ ਪੁੱਜੇ ਸਨ ਅਤੇ ਸਾਬਕਾ ਮੁੱਖ ਮੰਤਰੀ ਦਵਿੰਦਰ ਫੜਨ ਵੀਸ ਵੀ ਉਹਨਾਂ ਨਾਲ ਸਨ ਡੰਡੀ ਮੁੱਖ ਮੰਤਰੀ ਉਦਵਨ ਠਾਕਰੇ ਤੋਂ ਲੈ ਕੇ ਐਨ ਸੀ ਪੀ ਮੁਖੀ ਸ਼ਰਦ ਪਵਾਰ ਅਜੀਤ ਪਵਾਰ ਸੁਪਰੀਆ ਸੂਲੇ ਰਾਜਨ ਠਾਕਰੇ ਪਿਊਸ਼ ਗੋਇਲ ਅਤੇ ਫਿਲਮ ਜਗਤ ਦੇ ਲੋਕ ਉਥੇ ਮੌਜੂਦ ਸਨ ਡੰਡੀ ਸਟਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਦੀਆਂ 58 ਸੀਟਾਂ ਦੀਆਂ ਵੋਟਾਂ ਤੋਂ 12 ਘੰਟੇ ਪਹਿਲਾਂ ਇੱਕ ਲੰਮਾ ਇੰਟਰਵਿਊ ਦਿੱਤਾ ਜਿਸ ਵਿੱਚ ਇੱਕ ਕਮਾਲ ਦੀ ਗੱਲ ਉਹਨਾਂ ਨੇ ਇਹ ਕਹੀ ਕਿ ਖੇਤੀਬਾੜੀ ਕਾਨੂੰਨ ਹੈ ਕਿਸਾਨਾਂ ਦੇ ਹਿੱਤ ਵਿੱਚ ਬਣਾਏ ਗਏ ਸਨ ਅਤੇ ਉਹਨਾਂ ਨੂੰ ਦੇਸ਼ ਹਿੱਤ ਵਿੱਚ ਹੀ ਵਾਪਸ ਲਿਆ ਗਿਆ ਡੰਡੀ ਕਾਨੂੰਨ ਵਾਪਸ ਲਏ ਜਾਣ ਸਮੇ ਵੀ ਇਹ ਗੱਲ ਕਹੀ ਗਈ ਸੀ ਡੰਡੀ ਪਰ ਪ੍ਰਧਾਨ ਮੰਤਰੀ ਇਸ ਗੱਲ ਨੂੰ ਦੁਹਰਾ ਰਹੇ ਹਨ ਇਸ ਦਾ ਮਤਲਬ ਹੈ ਕਿ ਇਹ ਗੱਲ ਗੰਭੀਰ ਹੈ ਡੰਡੀ ਇਸ ਲਈ ਸਵਾਲ ਹੈ ਕਿ ਕੀ ਕਿਸਾਨਾਂ ਅਤੇ ਦੇਸ਼ ਦੇ ਹਿੱਤ ਵੱਖ-ਵੱਖ ਪ੍ਰਸ਼ੰਚਨ ਪ੍ਰਧਾਨ ਮੰਤਰੀ ਦੀ ਟਿੱਪਣੀ ਤੋਂ ਇਸ ਤਰ੍ਹਾਂ ਦੇ ਕਈ ਸਵਾਲ ਖੜੇ ਹੁੰਦੇ ਹਨ ਡੰਡੀ ਪ੍ਰਧਾਨ ਮੰਤਰੀ ਨੇ ਜੋ ਕਿਹਾ ਉਸ ਤੇ ਇੰਟਰਵਿਊ ਕਰਨ ਵਾਲੇ ਪੱਤਰਕਾਰ ਨੇ ਕਈ ਪੂਰਕ ਸਵਾਲ ਨਹੀਂ ਪੁੱਛਿਆ ਡੰਡੀ ਪਰ ਇਹ ਪੁੱਛਿਆ ਜਾਣਾ ਚਾਹੀਦਾ ਸੀ ਕਿ ਕਿਸਾਨਾਂ ਦੇ ਇੱਕ ਸਾਲ ਤੱਕ ਚੱਲੇ ਸ਼ਾਂਤੀਪੂਰਨ ਅੰਦੋਲਨ ਨਾਲ ਦੇਸ਼ ਅਤੇ ਲੋਕਤੰਤਰ ਮਜ਼ਬੂਤ ਹੋ ਰਿਹਾ ਹੈ ਜਾਂ ਉਸ ਤੋਂ ਦੇਸ਼ ਲਈ ਖਤਰਾ ਪੈਦਾ ਹੋ ਰਿਹਾ ਸੀ ਪ੍ਰਸ਼ੰਚਨ ਇਹ ਵੀ ਸਵਾਲ ਹੈ ਕਿ ਕੀ ਕਿਸਾਨ ਆਪਣਾ ਹਿੱਤ ਨਹੀਂ ਸਮਝੇ ਜੋ ਉਹਨਾਂ ਨੇ ਸਰਕਾਰ ਦੀ ਗੱਲ ਨਹੀਂ ਸਮਝੀ ਪ੍ਰਸ਼ੰਚਨ ਜੇਕਰ ਬਿੱਲ ਵਿੱਚ ਕਿਸਾਨਾਂ ਦਾ ਹਿੱਤ ਸੀ ਤਾਂ ਕਿਸਾਨ ਇਨਾ ਕਸ਼ਟ ਚੱਲ ਕੇ ਇੱਕ ਸਾਲ ਤੱਕ ਕਿਉਂ ਧਰਨੇ ਤੇ ਬੈਠੇ ਰਹੇ ਅਤੇ ਜਾਨਾ ਗਵਾਉਂਦੇ ਰਹੇ ਪ੍ਰਸ਼ੰਚਨ ਜੇਕਰ ਬਿੱਲ ਕਿਸਾਨਾਂ ਦੇ ਹਿੱਤ ਵਿੱਚ ਸੀ ਤਾਂ ਦੇਸ਼ ਦੇ ਸਾਰੇ ਕਿਸਾਨ ਉਹਨਾਂ ਦੇ ਪੱਖ ਵਿੱਚ ਖੜੇ ਕਿਉਂ ਨਹੀਂ ਹੋਏ ਅਤੇ ਉਹਨਾਂ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਵਿਰੋਧ ਕਿਉਂ ਨਹੀਂ ਕੀਤਾ ਪ੍ਰਸ਼ੰਚਨ ਜ਼ਹਿਰ ਹੈ ਕਿ ਚੋਣਵੀਂ ਚਿੰਤਾ ਵਿੱਚ ਕਿਸਾਨਾਂ ਅੱਗੇ ਝੁਕਣ ਦੇ ਫੈਸਲੇ ਨੂੰ ਦੇਸ਼ ਹਿੱਤ ਦਾ ਜਾਮਾ ਪਾ ਕੇ ਸਰਕਾਰ ਨੂੰ ਸ਼ਰਮਿੰਦਗੀ ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡੰਡੀ ਸਟਾਰਟ 7ਵੇਂ ਸਤਗੁਰੂ ਸ੍ਰੀ ਗੁਰੂ ਹਰ ਰਾਏ ਸਾਹਿਬ ਦਾ ਕਾਲ ਅਮਨ ਚੈਨ ਦਾ ਸਮਾ ਆਖਿਆ ਜਾਂਦਾ ਹੈ ਡੰਡੀ ਗੁਰੂ ਜੀ ਦਾ ਜਨਮ ਮਗ ਸੁਦੀ 13 ਸੰਮਤ 1687 1631 ਇਸਵੀ ਨੂੰ ਬਾਬਾ ਗੁਰਦਿੱਤਾ ਜੀ ਤੇ ਮਾਈ ਨੱਤੀ ਜੀ ਦੇ ਗ੍ਰਹਿ ਵਿਖੇ ਕੀਰਤਪੁਰ ਸਹਬ ਵਿਖੇ ਹੋਇਆ ਡੰਡੀ ਬਾਬਾ ਗੁਰਦਤਾ ਜੀ ਗੁਰੂ ਪਿਤਾ ਜੀ ਤੋਂ ਪਹਿਲਾਂ ਹੀ ਪਰਲੋਕ ਸਧਾਰ ਗਏ ਸਨ ਡੰਡੀ ਇਸੇ ਕਰਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪੁੱਤਰੇ ਸ੍ਰੀ ਹਰ ਰਾਏ ਸਾਹਿਬ ਦੇ ਗੁਣਾ ਨੂੰ ਮੁਖ ਰੱਖਦਿਆਂ ਹੋਇਆ ਗੁਰਗੱਦੀ ਉਹਨਾਂ ਨੂੰ ਸੌਂਪ ਦਿੱਤੀ ਡੰਡੀ ਜਦੋਂ ਆਪ ਗੁਰਗੱਦੀ ਤੇ ਬੈਠੇ ਉਦੋਂ ਆਪ ਜੀ ਦੀ ਉਮਰ ਕੇਵਲ 14 ਸਾਲ ਸੀ ਡੰਡੀ ਗੁਰੂ ਜੀ ਨੇ ਆਪ ਪਾਵੇਂ ਬਾਣੀ ਦੇ ਰਚਨਾ ਨਹੀਂ ਕੀਤੇ ਪਰੰਤੂ ਆਪਣੇ ਜੀਵਨ ਨੂੰ ਗੁਰਬਾਣੀ ਅਨੁਸਾਰ ਢਾਲਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੂੰ ਉਦੋਂ ਪੋਥੀ ਸਾਹਿਬ ਆਖਿਆ ਜਾਂਦਾ ਸੀ ਵਿੱਚ ਦਰਜ ਗੁਰਬਾਣੀ ਨਾਲ ਆਪਣੇ ਸਿੱਖਾਂ ਨੂੰ ਜੋੜਿਆ ਅਤੇ ਗੁਰੂਆਂ ਦੇ ਉਪਦੇਸ਼ਾਂ ਨੂੰ ਜੀਵਨ ਦਾ ਅੰਗ ਬਣਾਉਣ ਲਈ ਪ੍ਰੇਰਿਆ ਡੰਡੀ ਆਪ ਜੀ ਦੇ ਦਰਬਾਰ ਵਿੱਚ ਸਾਰੇ ਫੈਸਲੇ ਗੁਰਬਾਣੀ ਅਨੁਸਾਰ ਹੁੰਦੇ ਸਨ ਅਤੇ ਸਵੇਰੇ ਸ਼ਾਮ ਗੁਰਬਾਣੀ ਦਾ ਕੀਰਤਨ ਕੀਤਾ ਜਾਂਦਾ ਸੀ ਡੰਡੀ ਆਪ ਹਮੇਸ਼ਾ ਦੁਖੀਆਂ ਦੇ ਦੁੱਖ ਤੇ ਦਰਦਾਂ ਨੂੰ ਦੂਰ ਕਰਨ ਲਈ ਯਤਨਸ਼ੀਲ ਰਹਿੰਦੇ ਸਨ ਡੰਡੀ ਰੋਗੀਆਂ ਦੇ ਰੋਗ ਦੂਰ ਕਰਨ ਲਈ ਆਪ ਜੀ ਨੇ ਕੀਰਤਪੁਰ ਸਹਿਬ ਵਿਖੇ ਦੁਰਲੱਭ ਜੜੀ ਬੂਟੀਆਂ ਦਾ ਬਗੀਚਾ ਤਿਆਰ ਕਰਵਾਇਆ ਡੰਡੀ ਸਾਰੇ ਦੇਸ਼ ਵਿੱਚੋਂ ਕੇਵਲ ਆਪ ਜੀ ਦੇ ਦਵਾਖਾਨੇ ਵਿੱਚੋਂ ਹੀ ਬਾਦਸ਼ਾਹ ਸ਼ਾਹ ਜਹਾਂ ਦੇ ਵੱਡੇ ਪੁੱਤਰ ਦਾਰਾ ਛਕੋ ਦੀ ਨਾਮੁਰਾਦ ਬਿਮਾਰੀ ਦੇ ਇਲਾਜ ਲਈ ਲੜਿੰਦੀ ਦਵਾਈ ਪ੍ਰਾਪਤ ਹੈ ਕੋਈ ਸੀ ਡੰਡੀ ਇਸ ਪਿੱਛੋਂ ਬਾਦਸ਼ਾਹ ਗੁਰੂ ਨਾਨਕ ਦੇਵ ਦੇ ਕਰ ਦਾ ਕਦੇ ਵਿਰੋਧ ਨਾ ਕਰ ਸਕਿਆ ਡੰਡੀ ਦਾਰਾ ਛਕੋ ਤਾਂ ਗੁਰੂ ਜੀ ਦਾ ਪੱਕਾ ਮਰੀਦ ਬਣ ਗਿਆ ਤੇ ਉਸ ਨੇ ਸਾਦਾ ਸੁੱਚਾ ਤੇ ਰੱਬੀ ਪੈ ਵਾਲਾ ਜੀਵਨ ਜਿਉਣਾ ਸ਼ੁਰੂ ਕੀਤਾ ਡੰਡੀ ਪਰਾ ਆਪ ਜੀ ਹਮੇਸ਼ਾ ਆਪਣੇ ਸਿੱਖਾਂ ਨੂੰ ਸ਼ੁਕਰਾਨੇ ਦੀ ਅਰਦਾਸ ਕਰਨ ਲਈ ਪ੍ਰੇਰਦੇ ਰਹਿੰਦੇ ਸਨ ਡੰਡੀ ਆਪ ਜੀ ਨੇ ਲੋਕਾਈ ਨੂੰ ਰੱਬੀ ਸਿੱਖਿਆ ਦੇ ਨਾਲ-ਨਾਲ ਦੁਨਿਆਵੀ ਨੈਤਿਕ ਸਿੱਖਿਆ ਵੀ ਦਿੱਤੀ ਤਾਂ ਜੋ ਉਹ ਪਰਮਾਤਮਾ ਨਾਲ ਜੁੜ ਸਕਣ ਡੰਡੀ ਆਪ ਜੀ ਨੇ ਆਪਣੇ ਭਰਾ ਤੇ ਵਡੇਰਿਆਂ ਨਾਲ ਕਦੇ ਵੀ ਈਰਖਾ ਨਹੀਂ ਕੀਤੀ ਸਗੋਂ ਉਹਨਾਂ ਦੇ ਭਲੇ ਬਾਰੇ ਹੀ ਸੋਚਿਆ ਡੰਡੀ ਇਹੋ ਉਪਦੇਸ਼ ਆਪ ਨੇ ਸੰਗਤ ਨੂੰ ਦਿੱਤਾ ਡੰਡੀ ਪਰਾਂ ਬਾਦਸ਼ਾਹ ਸ਼ਾਹਜਹਾਨ ਆਪਣੇ ਵੱਡੇ ਪੁੱਤਰ ਦਾਰਾ ਸ਼ਿਕੋ ਨੂੰ ਆਪਣਾ ਵਾਰਿਸ ਬਣਾਉਣਾ ਚਾਹੁੰਦਾ ਸੀ ਪਰ ਉਸ ਦੇ ਬਾਕੀ ਤਨ ਪੁੱਤਰ ਵੀ ਤਖਤ ਦੇ ਇਸ਼ਕ ਸੰਨ ਡੰਢੀ ਚਾਰੇ ਭਰਾਵਾਂ ਵਿੱਚ ਤਖਤ ਲਈ ਲੜਾਈ ਹੋਈ ਡੰਢੀ ਇਸ ਲੜਾਈ ਵਿੱਚ ਸਫਲਤਾ ਔਰੰਗਜ਼ੇਬ ਨੂੰ ਮਿਲੀ ਉਸ ਨੇ ਆਪਣੇ ਪਿਤਾ ਅਤੇ ਭਰਾ ਮੁਰਾਦ ਬਖਸ਼ ਨੂੰ ਕੈਦ ਕਰ ਲਿਆ ਡੰਡੀ ਦਾਰਾ ਛਕੋ ਨੂੰ ਵੀ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਗਿਆ ਡੰਡੀ ਦਾਰਾ ਛਕੋ ਪੰਜਾਬ ਵੱਲ ਭੱਜਿਆ ਤੇ ਗੁਰੂ ਜੀ ਦੇ ਦਰਸ਼ਨਾ ਨੂੰ ਕੀਰਤ ਪਰ ਸਹਬ ਪਹੁੰਚਿਆ ਡੰਡੀ ਗੁਰੂ ਜੀ ਖਡੂਰ ਸਹਬ ਗਏ ਹੋਏ ਸਨ ਡੰਡੀ ਦਾਰਾ ਛਕੋ ਗੁਰੂ ਜੀ ਨੂੰ ਖਡੂਰ ਸਹਬ ਜਾ ਕੇ ਮਿਲਿਆ ਤੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਡੰਡੀ ਕੁਝ ਸਮੇਂ ਪਿਛੋਂ ਉਹ ਫੜਿਆ ਗਿਆ ਤੇ ਔਰੰਗਜੇਬ ਨੇ ਪਤਤ ਮੁਸਲਮਾਨ ਹੋਣ ਦਾ ਦੋਸ਼ ਲਗਾ ਕੇ ਉਸ ਨੂੰ ਫਾਂਸੀ ਚੜਾ ਦਿੱਤਾ ਡੰਡੀ ਕੁਝ ਸਮੇਂ ਪਿਛੋਂ ਉਸ ਦੇ ਗੁਰੂ ਫਕੀਰ ਸਰਮਦਾਂ ਨੂੰ ਵੇ ਕਤਲ ਕਰ ਦਿੱਤਾ ਗਿਆ ਡੰਡੀ ਰੰਗ ਜੇਬ ਕਟੜ ਸੇ ਤੇ ਉਸ ਨੇ ਗੱਦੀ ਉੱਤੇ ਬੈਠਦਿਆਂ ਹੀ ਹਿੰਦੂਆਂ ਦੇ ਮੰਦਰ ਢਾਉਣੇ ਸ਼ੁਰੂ ਕਰ ਦਿੱਤੇ ਅਤੇ ਹਿੰਦੂਆਂ ਨੂੰ ਜ਼ਬਰਦਸਤੇ ਮੁਸਲਮਾਨ ਬਣਾਉਣ ਦਾ ਕਾਰਜ ਸ਼ੁਰੂ ਕਰ ਦਿੱਤਾ ਡੰਡੀ ਬਾਦਸ਼ਾਹ ਨੂੰ ਇਸਲਾਮ ਦਿੱਤੇ ਗਏ ਕਿ ਜੇਕਰ ਗੁਰੂ ਨਾਨਕ ਦੇ ਗੱਦੀ ਦੇ ਵਾਰਸ ਨੂੰ ਮੁਸਲਮਾਨ ਬਣਾ ਲਿਆ ਜਾਵੇ ਤਾਂ ਸਾਰੇ ਹਿੰਦੂ ਆਪਣੇ ਆਪ ਹੀ ਧਰਮ ਤਬਦੀਲ ਕਰ ਲੈਣਗੇ ਡੰਡੀ ਰੰਗਜੀਤ ਨੇ ਚਲਾਕੀ ਭਰਿਆ ਪੱਤਰ ਗੁਰੂ ਜੀ ਵੱਲ ਭੇਜਿਆ ਡੰਡੀ ਉਸ ਵਿੱਚ ਲਿਖਿਆ ਕਿ ਤੁਸੀਂ ਭਾਵੇਂ ਮੇਰੇ ਪਰਾ ਦਾਰਾ ਛਕੋ ਦੀ ਸਹਤਾ ਕੀਤੀ ਹੈ ਪਰ ਮੈਂ ਇਸ ਨੂੰ ਭੁੱਲ ਕੇ ਤੁਹਾਡੇ ਨਾਲ ਦੋਸਤੀ ਚਾਹੁੰਦਾ ਹਾਂ ਡੰਡੀ ਮੇਰੀ ਬੇਨਤੀ ਹੈ ਕਿ ਤੁਸੀਂ ਦਿੱਲੀ ਆ ਕੇ ਮੈਨੂੰ ਆਸ਼ੀਰਵਾਦ ਦਿਓ ਡੰਡੀ ਗੁਰੂ ਜੀ ਉਸ ਦੀ ਚਲਾਕੀ ਨੂੰ ਸਮਝ ਦੇ ਸੰਨ ਡੰਡੀ ਉਹਨਾਂ ਉੱਤਰ ਭੇਜਿਆ ਤੋਂ ਸਾਡਾ ਚੇਲਾ ਨਹੀਂ ਹੈ ਅਤੇ ਅਸੀਂ ਤੇਰੇ ਜਗੀਰਦਾਰ ਹੈ ਵੀ ਨਹੀਂ ਹਾਂ ਡੰਡੀ ਸਾਨੂੰ ਤੇਥੋਂ ਕੁਝ ਚਾਹੀਦਾ ਵੀ ਨਹੀਂ ਹੈ ਡੰਡੀ ਜਿੱਥੋਂ ਤੀਕੈ ਦਾਰਾ ਸ਼ਕੋ ਨੂੰ ਦਿੱਤੇ ਆਸ਼ੀਰਵਾਦ ਦਾ ਸੰਬੰਧ ਹੈ ਉਹ ਧਰਮੀ ਬੰਦਾ ਸੀ ਡੰਡੀ ਅਸੀਂ ਉਸ ਨੂੰ ਦੁਨਿਆਵੀ ਤਖਤ ਲਈ ਨਹੀਂ ਸਗੋਂ ਰੱਬੀ ਤਖਤ ਦਾ ਆਸ਼ੀਰਵਾਦ ਦਿੱਤਾ ਸੀ ਜਿਹੜਾ ਉਸ ਨੂੰ ਪ੍ਰਾਪਤ ਵੀ ਹੋ ਗਿਆ ਹੈ ਡੰਡਿੰਗ ਇਸ ਦਾ ਅਹਿਸਾਸ ਤੈਨੂੰ ਜਲਦੀ ਹੀ ਹੋ ਜਾਵੇਗਾ ਡੰਡਿੰਗ ਗੁਰੂ ਜੀ ਨੇ ਆਪਣਾ ਅੰਤ ਸਮਾਂ ਨੇੜੇ ਆਉਂਦਾ ਵੇਖੇ ਆਪਣੇ ਛੋਟੇ ਬੇਟੇ ਹਰਿ ਕ੍ਰਿਸ਼ਨ ਜੀ ਜੋ ਕੇਵਲ 5 ਵਰਿਆਂ ਦੇ ਸਨ ਨੂੰ ਗੁਰਗੱਦੇ ਸੌਪਣ ਦਾ ਫੈਸਲਾ ਕੀਤਾ ਡੰਡੀ ਦਰਬਾਰ ਸਜਾਇਆ ਗਿਆ ਡੰਡੀ ਗੁਰੂ ਜੀ ਨੇ ਹਰਿ ਕ੍ਰਿਸ਼ਨ ਸਾਹਿਬ ਨੂੰ ਆਸਣ ਉੱਤੇ ਬਿਠਾਇਆ ਅਤੇ ਉਹਨਾਂ ਨੂੰ ਗੁਰਅਈ ਸੌਂਪ ਦਿੱਤੀ ਡੰਡੀ ਆਪ ਜੀ ਨੇ ਹਾਜ਼ਰ ਸਿੱਖਾਂ ਨੂੰ ਹਦਾਇਤ ਕੀਤੇ ਹਰ ਕ੍ਰਿਸ਼ਨ ਨੂੰ ਮੇਰਾ ਹੀ ਰੂਪ ਸਮਝਿਆ ਜਾਵੇ ਤੇ ਅੱਜ ਤੋਂ ਉਹਨਾਂ ਨੂੰ ਗੁਰੂ ਮੰਨਿਆ ਜਾਵੇ ਡੰਡੀ ਗੁਰੂ ਜੀ 1661 ਇਸਵੀ ਵਿੱਚ ਜੋਤੀ ਜੋਤ ਸਮਾ ਗਏ ਡੰਡੀ ਤੜਾ ਤੜ ਆ ਰਹੇ ਚੋਣ ਸਰਵੇਖਣਾ ਤੇ ਯਕੀਨ ਹੈ ਇਸ ਲਈ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਆਪਸ ਵਿੱਚ ਹੀ ਮੇਲ ਨਹੀਂ ਖਾਂਦੇ ਡੰਡੀ ਹਰ ਹੋ ਜੇ ਕਿਸੇ ਨਾ ਕਿਸੇ ਚੈਨਲ ਵੱਲੋਂ ਨਵਾਂ ਚੋਣ ਸਰਵੇਖਣ ਪ੍ਰਸਾਰਤ ਕੀਤਾ ਜਾ ਰਿਹਾ ਹੈ ਡੰਡੀ ਪ੍ਰਸਾਰਤ ਕਰਨ ਤੋਂ ਪਹਿਲਾਂ ਜੋਰ ਸ਼ੋਰ ਨਾਲ ਉਸ ਦਾ ਪ੍ਰਚਾਰ ਕੀਤਾ ਜਾਂਦਾ ਹੈ ਤਾ ਜੋ ਵਾਦਤੋਂ ਵਾਦ ਹੈ ਦਰਸ਼ਕ ਉਸ ਨੂੰ ਵੇਖਣ ਡੰਡਿੰਗ ਸਿਆਸੀ ਪਾਰਟੀਆਂ ਉਮੀਦਵਾਰਾਂ ਅਤੇ ਲੋਕਾਂ ਨੇ ਵੀ ਇਨ੍ਹਾਂ ਚੋਣ ਸਰਵੇਖਣਾ ਸੰਬੰਧੀ ਚੁੱਪ ਵੱਟੀ ਹੋਈ ਹੈ ਕਿਉਂਕਿ ਇਹ ਸਰਵੇਖਣ ਨਤੀਜਿਆਂ ਸੰਬੰਧੀ ਸਥਿਤੀ ਸਪਸ਼ਟ ਨਹੀਂ ਕਰਦੇ ਡੰਡਿੰਗ ਜੇਕਰ ਕਿਸੇ ਚੋਣ ਸਰਵੇਖਣ ਵਿੱਚ ਕਿਸੇ ਪਾਰਟੀ ਵਿਸ਼ੇਸ਼ ਨੂੰ ਬਹੁਮਤ ਮਿਲਦਾ ਵਖਾਇਆ ਹੋਵੇ ਤਾਂ ਉਹ ਪਾਰਟੀ ਉਸ ਚੋਣ ਸਰਵੇਖਣ ਦਾ ਲਾਹਾ ਲੈਣ ਲਈ ਉਸ ਦਾ ਵਾਰ-ਵਾਰ ਜਿੱਕਰ ਕਰਦੀ ਹੈ ਡੰਡਿੰਗ ਇਸ ਵਾਰ ਪੰਜਾਬ ਦਾ ਚੋਣ ਦ੍ਰਿਸ਼ ਪਹਿਲਾਂ ਵਰਗਾ ਨਹੀਂ ਹੈ ਡੰਡਿੰਗ ਪਾਰਟੀਆਂ ਦੀ ਗਿਣਤੀ ਵੱਧ ਗਈ ਹੈ ਡੰਡਿੰਗ ਕਿਸਾਨ ਵੀ ਇੱਕ ਧਿਰ ਵੱਜੋਂ ਚੋਣਾ ਲੜ ਰਹੇ ਹਨ ਡੰਡਿੰਗ ਸਪਸ਼ਟ ਕੇ ਵੋਟਾਂ ਵੰਡੀਆਂ ਜਾਣ ਗਈਆਂ ਡੰਡੀ ਵੱਡੀਆਂ ਤੇ ਪੁਰਾਣੀਆਂ ਪਾਰਟੀਆਂ ਦੀਆਂ ਪੱਕੀਆਂ ਵੋਟਾਂ ਹਨ ਜਿਹੜੀਆਂ ਹਰ ਹਾਲਤ ਵਿੱਚ ਉਹਨਾਂ ਨੂੰ ਪੈਣੀਆਂ ਹੁੰਦੀਆਂ ਹਨ ਡੰਡੀ ਬਾਗੀ ਦਲ ਬਦਲੋ ਆਜ਼ਾਦ ਹਰ ਵਾਰ ਹੁੰਦੇ ਹਨ ਡੰਡੀ ਉਹ ਆਪਣੀਆਂ ਜੱਦੀ ਪਾਰਟੀਆਂ ਦਾ ਥੋੜਾ ਬਹੁਤਾ ਨੁਕਸਾਨ ਕਰਦੇ ਹਨ ਡੰਡੀ ਪਰੰਤੂ ਇਸ ਵਾਰ ਨਵੇਂ ਗੱਠ ਜੋੜੇ ਨਵੀਆਂ ਪਾਰਟੀਆਂ ਕਾਰਨ ਸਥਿਤੀ ਭੰਬਲ ਪੁਸੇ ਵਾਲੀ ਬਣੀ ਹੋਈ ਹੈ ਡੰਡੀ ਮੈਂ ਜਿੰਨੇ ਵੀ ਚੋਣ ਸਰਵੇਖਣ ਟੈਲੀਵਿਜ਼ਨ ਪ੍ਰਸਾਰਣ ਰਾਹੀਂ ਵੇਖੇ ਸੁਣੇ ਹਨ ਸਾਰੇ ਦਾਅਵਾ ਕਰਦੇ ਹਨ ਕਿ ਸਹੀ ਹਨ ਅਤੇ ਜ਼ਮੀਨੀ ਹਕੀਕਤ ਨਾਲ ਮੇਲ ਖਾਂਦੇ ਹਨ ਡੰਡੀ ਅਸੀਂ ਇਸ ਕਲਮ ਤਹਿਤ ਪਹਿਲਾਂ ਵੀ ਕਈ ਵਾਰ ਲਿਖੇ ਚੁੱਕੇ ਹਾਂ ਕਿ ਇਨ੍ਹਾਂ ਚੋਣ ਸਰਵੇਖਣਾ ਦੀ ਤਿਆਰੀ ਸਮੇਂ ਕਈ ਤਰ੍ਹਾਂ ਦੀਆਂ ਤਰੁੱਟੀਆਂ ਰਹਿ ਜਾਂਦੀਆਂ ਹਨ ਡੰਡੀ ਸੈਂਪਲ ਛੋਟਾ ਹੁੰਦਾ ਹੈ ਡੰਡੀ ਲੋਕਾਂ ਦੇ ਵੱਖ-ਵੱਖ ਵਰਗਾਂ ਤੱਕ ਪਹੁੰਚ ਨਹੀਂ ਹੁੰਦੀ ਡੰਡੀ ਵੱਖ-ਵੱਖ ਇਲਾਕੇ ਸ਼ਾਮਲ ਨਹੀਂ ਕੀਤੇ ਜਾਂਦੇ ਡੰਡਿੰਗ ਬਹੁਤੇ ਵੋਟਰ ਆਪਣਾ ਮਨ ਨਹੀਂ ਖੋਲਦੇ ਡੰਡਿੰਗ ਇਨਾਂ ਕਾਰਨਾ ਤੋਂ ਇਲਾਵਾ ਵੀ ਕਈ ਕਾਰਨ ਹਨ ਜਿਹੜੇ ਸਿੱਧੇ ਅਸਿੱਧੇ ਤੌਰ ਤੇ ਸਰਵੇ ਨੂੰ ਪ੍ਰਭਾਵਿਤ ਕਰਦੇ ਹਨ ਡੰਡੀ ਕਈ ਵਾਰ ਸਿਆਸੀ ਪਾਰਟੀਆਂ ਖੁਦ ਲਾਹਾ ਲੈਣ ਲਈ ਆਪਣੇ ਹੱਕ ਵਿੱਚ ਸਰਵੇ ਤਿਆਰ ਕਰਵਾਉਂਦੀਆਂ ਹਨ ਡੰਡੀ ਇਸੇ ਤਰ੍ਹਾਂ ਕੁਝ ਚੈਨਲ ਪਾਰਟੀ ਵਿਸ਼ੇਸ਼ ਦੇ ਹੱਕ ਵਿੱਚ ਹਵਾ ਬਣਾਉਣ ਲਈ ਅਜਿਹੇ ਕਰਦੇ ਹਨ ਡੰਡੀ ਸਰਵੇ ਲਈ ਬਜਟ ਕਿੰਨਾ ਹੈ ਸਵਾਲਾਂ ਦੀ ਸੂਚੀ ਵਿੱਚ ਕਿਹੜੇ ਕਿਹੜੇ ਸਵਾਲ ਸ਼ਾਮਿਲ ਹਨ ਪ੍ਰਤੀਬੱਤਾ ਇਮਾਨਦਾਰੀ ਜਿਹੇ ਕਈ ਪਹਿਲੂ ਹਨ ਜਿਹੜੇ ਸਰਵੇ ਦੀ ਭਰੋਸੇਯੋਗਤਾ ਨੂੰ ਪ੍ਰਭਾਵਿਤ ਕਰਦੇ ਹਨ ਡੰਡੀ ਉਪਰੋਕਤ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਸਰਵੇ ਹੀ ਕਿਸੇ ਹੱਦ ਤੱਕ ਅਸਲ ਨਤੀਜਿਆਂ ਦੇ ਨੇੜੇ ਰਹਿ ਸਕਦੇ ਹਨ ਡੰਡੀ ਪਿਛਲੀ ਵਾਰ ਚੋਣ ਸਰਵੇਖਣ ਕੁਝ ਹੋਰ ਕਹਿੰਦੇ ਸਨ ਪਰੰਤੂ ਅਸਲ ਨਤੀਜੇ ਕੁਝ ਹੋਰ ਨਿਕਲੇ ਸਨ ਡੰਡੀ ਕੈਪਟਨ ਅਮਰਿੰਦਰ ਸਿੰਘ ਦੀ ਗਵਾਹੀ ਵਿੱਚ ਕਾਂਗਰਸ ਉਮੀਦ ਨਾਲੋਂ ਕਿਤੇ ਵੱਧ ਸੀਟਾਂ ਲੈ ਗਈ ਸੀ ਟੰਡੀ ਕੌਮੀ ਚੈਨਲ ਸਾਰਾ ਦਿਨ ਲਤਾ ਮਗੇਸ਼ਕਰ ਦੇ ਜੀਵਨ ਅਤੇ ਗਾਇਨ ਕਲਾ ਦੇ ਵੇਰਵੇ ਪ੍ਰਸਾਰਤ ਕਰਦੇ ਰਹੇ ਪਰ ਮੈਨੂੰ ਲੱਗਾ ਲਤਾ ਦੇ ਗਾਇਨ ਹੁਨਰ ਨੂੰ ਸ਼ਬਦਾ ਵਿਸ਼ੇਸ਼ਨਾ ਵਿੱਚ ਬੰਨਣਾ ਸੰਭਵ ਨਹੀਂ ਹੈ ਡੰਡੀ ਜਿਵੇਂ ਉਸ ਦੀ ਉਲੰਧ ਆਵਾਜ਼ ਲਈ ਬ੍ਰਹਿਮੰਡ ਵੀ ਭੀੜਾ ਹੋਵੇ ਡੰਡੀ ਗੁਲਜ਼ਾਰ ਨੇ ਸ਼ਰਧਾਂਜਲੀ ਦਿੰਦੇ ਹੋਏ ਇਹੀ ਕਿਹਾ ਕਿ ਲਤਾ ਮਗੇਸ਼ਕਰ ਦੀ ਗਾਇਕੀ ਨੂੰ ਸ਼ਬਦਾਂ ਚ ਨਹੀਂ ਸਮਟਿਆ ਜਾ ਸਕਦਾ ਡੰਡੀ ਇੰਨੇ ਵੱਡੇ ਕੱਦ ਵਾਲਾ ਇੰਨਾ ਸਮਰੱਥ ਐ ਇੰਨੀ ਗਿਣਤੀ ਵਿੱਚ ਭਾਂਤ-ਪਾਂਤ ਦੇ ਅਰਥ ਭਰਪੂਰ ਤੇ ਦਿਲਕਸ਼ ਗੀਤ ਗਾਉਣ ਵਾਲਾ ਗਾਇਕ ਕਲਾਕਾਰ ਸ਼ਾਇਦ ਦੁਨੀਆ ਭਰ ਵਿੱਚ ਹੋਰ ਕੋਈ ਨਾ ਹੋਵੇ ਡੰਡੀ ਰੈਂਦੀ ਦੁਨੀਆ ਤੱਕ ਲਤਾ ਦਾ ਨਾਂ ਸੰਗੀਤ ਜਗਤ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਡੰਡੀ ਚਾਰ ਪੀੜੀਆਂ ਉਸ ਦੇ ਸਮਰੱਥ ਗਾਇਨ ਕਲਾ ਦੀਆਂ ਗਵਾਹ ਹਨ ਡੰਡੀ ਸੈਂਕੜੇ ਅਜਹੀਆਂ ਫਿਲਮਾਂ ਹਨ ਜਿਨ੍ਹਾਂ ਦੇ ਹਿੱਟ ਹੁਣ ਪਿੱਛੇ ਲਤਾ ਦੇ ਗੀਤ ਹੈ ਕਾਰਜਸ਼ੀਲ ਸੰਨ ਡੰਡੀ ਲਤਾ ਦਾ ਮੰਨਣਾ ਸਿੱਕੇ ਬੇਤਰ ਗਾਇਕ ਉਹੀ ਬਣ ਸਕਦਾ ਹੈ ਜੋ ਕਲਾਸਿਕਲ ਸੰਗੀਤ ਸਿੱਖਦਾ ਹੈ ਡੰਡੀ ਲਤਾ ਹੁਰੀ ਹਮੇਸ਼ਾ ਪਰ ਸਥਿਤੀ ਭੂਮਿਕਾ ਅਤੇ ਅਦਾਕਾਰ ਸਬੰਧੀ ਜਾਣਕਾਰੀ ਹਾਸਲ ਕਰਕੇ ਗੀਤ ਗਾਉਂਦੇ ਸਨ ਡੰਡੀ ਉਸ ਦੇ ਗੀਤ ਉਸ ਦੇ ਸੁਰ ਅਮਰ ਹੋ ਗਏ ਹਨ ਡੰਡੀ ਉਸ ਨੇ ਸੰਗੀਤ ਦੀਆਂ ਇੰਨੀਆਂ ਉਚਾਈਆਂ ਨੂੰ ਛੂਹਿਆ ਇਉ ਲੱਗਾ ਜਿਵੇਂ ਉਚਾਈਆਂ ਮੁੱਕ ਗਈਆਂ ਹੁਣ ਡੰਡੀ 92 ਸਾਲ ਦਾ ਬੇਮਿਸਾਲ ਸਫਰ ਤੈ ਕਰਨ ਵਾਲੀ ਇਸ ਅਦਭੁਤ ਕਲਾਕਾਰ ਦਾ ਇੱਕ ਸ਼ੌਕ ਫੋਟੋਗ੍ਰਾਫੀ ਵੀ ਸੀ ਗੀਤ ਗਾਉਣਾ ਉਸ ਦੀ ਤਪੱਸਿਆ ਸੀ ਡੰਡੀ ਉਹ ਕਦੇ ਹਾਰ ਨਹੀਂ ਸੀ ਮੰਦੀ ਡੰਡੀ ਲਗਾਤਾਰ ਕਰਮ ਕਰਨ ਵਿੱਚ ਯਕੀਨ ਰੱਖਦੀ ਸੀ ਡੰਡੀ ਉਸ ਨੂੰ ਗੁੱਸਾ ਆਉਂਦਾ ਸੀ ਪਰ ਕੀ ਸਾਲਾਂ ਤੋਂ ਉਸ ਨੇ ਗੁੱਸੇ ਤੇ ਕਾਬੂ ਪਾਉਣਾ ਸਿੱਖ ਲਿਆ ਸੀ ਡੰਡੀ ਉਸ ਨੇ 36 ਤੋਂ ਵੱਧ ਪਛਾਵਾਂ ਵਿੱਚ ਗੀਤ ਗਾਏ ਡੰਡੀ ਇੱਕ ਗਾਇਕ ਕਲਾਕਾਰ ਦੇ ਰੂਪ ਵਿੱਚ ਉਹ ਆਪਣੀ ਅੰਤਰ ਆਤਮਾ ਨੂੰ ਗਾਇਕੀ ਵਿੱਚ ਉਤਾਰ ਦਿੰਦੀ ਸੀ ਡੰਡੀ ਉਸ ਦੀਆਂ ਭਾਵਨਾਵਾਂ ਉਸ ਦੀ ਗਾਇਕੀ ਤੇ ਗਹਿਰਾ ਪ੍ਰਭਾਵ ਪਾਉਂਦੀਆਂ ਸਨ ਡੰਡੀ ਉਹ ਦੇਸ਼ ਭਗਤੀ ਦੀ ਸੁਰੀਲੀ ਤੇ ਪ੍ਰਭਾਵਸ਼ਾਲੀ ਆਵਾਜ਼ ਸੀ ਡੰਡੀ ਅਜੇ ਹੀ ਆਵਾਜ਼ ਨੂੰ ਭੁਲਾਇਆ ਨਹੀਂ ਜਾ ਸਕਦਾ ਡੰਡੀ ਉਹ ਇੱਕ ਪਰਮਾਸ਼ਕਤੀ ਵਿੱਚ ਵਿਸ਼ਵਾਸ ਕਰਦੀ ਸੀ ਪਰੰਤੂ ਸਾਰੇ ਧਰਮਾਂ ਨੂੰ ਸਤਕਾਰ ਦਿੰਦੀ ਸੀ ਡੰਡਿੰਗ ਉਹ ਕਦੇ ਸਕੂਲ ਨਹੀਂ ਗਈ ਪਰੰਤੂ ਛੇ ਯੂਨੀਵਰਸਿਟੀਆਂ ਨੇ ਉਸ ਨੂੰ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਸੀ ਡੰਡਿੰਗ ਲੰਡਨ ਦੇ ਅਲਬਰਟ ਹਾਲ ਵਿੱਚ ਗਉਣ ਵਾਲੀ ਉਹ ਪਹਿਲੀ ਭਾਰਤੀ ਗਾਇਕ ਕਲਾਕਾਰ ਸੀ ਡੰਡਿੰਗ ਬਟ ਹਾਲ ਵਿੱਚ ਕੇਵਲ ਇੰਗਲੈਂਡ ਦੇ ਕਲਾਕਾਰਾਂ ਨੂੰ ਹੀ ਪ੍ਰੋਗਰਾਮ ਪੇਸ਼ ਕਰਨ ਦੀ ਆਗਿਆ ਸੀ ਪਰੰਤੂ ਲਤਾ ਮਗੇਸ਼ਕਰ ਲਈ ਉਥੋਂ ਦੀ ਸਰਕਾਰ ਨੇ ਇਸ ਸਖਤ ਨਿਯਮ ਨੂੰ ਬਦਲ ਦਿੱਤਾ ਸੀ ਡੰਡੀ ਕੋ ਸੱਚ ਲਈ ਹੜ ਜਾਂਦੀ ਸੀ ਡੰਡੀ ਮੁਹੰਮਦ ਰਫੀ ਨਾਲ ਗੀਤਾਂ ਦੇ ਰਿਐਲਿਟੀ ਸੰਬੰਧੀ ਉਸ ਦਾ 4 ਸਾਲ ਵਿਵਾਦ ਚੱਲਦਾ ਰਿਹਾ ਡੰਡੀ ਇਸ ਵਿਵਾਦ ਤੋਂ ਬਾਅਦ ਉਸਨੇ ਮੁਹੰਮਦ रफी ਨਾਲ ਗੀਤ ਨਹੀਂ ਸੰਨ ਗਾਏ ਡੰਡੀ ਅਸੀਂ ਕੁਸ਼ਣ ਨਸੀਬ ਹਾਂ ਅਸੀਂ ਲਤਾ ਦੇ ਯੁੱਗ ਵਿੱਚ ਵਿਚਰੇ ਹਾਂ ਡੰਡੀ ਉਸ ਨੂੰ ਸੁਣਿਆ ਹੈ ਵੇਖਿਆ ਹੈ ਡੰਡੀ ਉਸ ਦਾ ਸੰਗੀਤਕ ਸਫਰ ਹਮੇਸ਼ਾ ਅਮਰ ਰਹੇਗਾ ਡੰਡੀ ਵੱਡੇ ਵੱਡੇ ਗਾਇਕ ਕਲਾਕਾਰ ਉਸ ਦੇ ਪ੍ਰਸ਼ੰਸਕ ਸਨ ਡੰਡੀ ਉਸ ਦੀ ਆਵਾਜ਼ ਨੇ ਗੀਤ ਗਾਉਣ ਦਾ ਅੰਦਾਜ਼ ਬਦਲ ਦਿੱਤਾ ਡੰਡੀ ਲਤਾ ਹੋਣਾ ਦਾ ਅਰਥ ਹੈ ਸਮਝਣ ਲਈ ਉਸ ਦੇ ਅਦਭੁਤ ਹੁਨਰ ਉਸ ਦੇ ਅਦਭੁਤ ਸਫਰ ਨੂੰ ਸਮਝਣਾ ਪਵੇਗਾ ਡੰਡੀ